ਰਾਜਾ ਨਾ ਤੂੰ ਪਾਗਲ ਹੈ ਮਾਨਿਆ ਖਾਨ ਦੇ ਆ ਮਾਨਿਆ ਖਾਨ ਦੇ ਥੱਲੇ ਸੂਰ ਸਾਹਿਬ ਥੱਲੇ ਬਾਜੋ ਮਾਨਿਆ ਖਾਨ ਦੇ ਇਹਦਾ ਤਗੜਾ ਜੇ ਪਾ ਲਾ ਕੇ ਸਟੇਜ ਤੇ ਆਵੇ ਤੇ ਇਹ ਸਾਡਾ ਜ਼ਿਆਦਾ ਮਾਨਿਆ ਥੱਲੇ ਨਾ ਖਾਨ ਦੇ ਕੋਣੋਂ ਤੂੰ ਬਾਹਰ ਕੱਢਿਆ ਬਾਈ ਇਧਰ ਆਓ ਜੀ ਸਟੇਜ ਤੇ ਆਓ ਚੱਲ 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 ਸੋਹਣਿਆ ਜਿਹੜੀ ਨਜ਼ਰ ਨੇ ਦਿਲਾਂ ਦੇ ਲਾਏ ਫਟਸੇ ਮੇਰੇ ਜਿਗਰ ਦਾ ਫਟਣਾ ਖੋਲ ਸਕੀ ਮੇਰੀ ਨਜ਼ਰ ਤੇ ਅਸਰ ਮੇਰੇ ਜਿਗਰ ਦਾ ਫਟਣਾ ਖੋਲ ਸਕੀ ਚੱਲ ਬਈ ਸੋਹਣਿਆ ਜੱਪਾ ਕਰੋ ਜੱਪਾ ਇਧਰ ਕਬੱਡੀ ਪਾ ਰਿਹਾ ਹੁਣ ਲੱਗੇ ਆਪਣੇ ਜਿਸ ਤਰ੍ਹਾਂ ਬਾਲ ਕਲਾਵਾਂ ਤੋਂ ਟਾਈਮ ਕਿੰਨਾ ਰਹਿ ਗਿਆ ਆ ਜਾ ਬਈ ਆ ਜਾ ਸ਼ੁਕਰੀਆ ਮਿਹਰਬਾਨੀ ਹਰੂਨ ਸਾਹਿਬ ਅਗਲੀ ਵਾਰ ਮੇਹਰਬਾਨੀ ਸ਼ੁਕਰੀਆ ਜੀ ਅਜੇ ਤੱਕ ਕੋਈ ਕਿਉਂ ਮੇਰੇ ਸਦਕੇ ਹੋਰ ਹਜ਼ੀਆ ਜਾਂਚ ਕਰਨੀ ਅੰਦਰ ਜੀਵ ਮੇਰੇ
ਨਹੀਂ ਰਵੇ ਤਾਂ ਬੰਦਾ ਮਲਕ ਰਾਸ਼ਦ ਸਟੇਜ ਤੇ ਆਓ ਜੱਟ ਦੀ ਟੀਮ ਨੂੰ ਜਿੱਤਣ ਤੇ ਬੜੀ ਮੁਬਾਰਕਬਾਦ ਖੁਸ਼ਾਮਦੀ ਓਏ 10 ਨੰਬਰ ਦਾ ਤੇ ਮੁਸਲਮਾਨੀ ਸਮਾਜ ਦੇ 1000 ਰੁਪਇਆ ਉਪਲਬਧ ਸ਼ੁਕਰੀਆ ਮਿਹਰਬਾਨੀ ਜੀ ਇੰਤਹਾਈ ਮਸ਼ਕੂਰ ਮਮਨੂਨ ਜਨਾਬ ਕਿ ਅੱਧ ਚੁੱਕਣ ਤੋਂ ਪਹਿਲਾਂ ਯਾਰਾ ਸੋਚ ਰਵੀ ਦਰਿਆਵਾਂ ਨੂੰ ਇੱਕ ਦਿਨ ਲੈਣਾ ਪੈਂਦਾ ਏ ਉਹਦੇ ਅੱਗੇ 10 ਤਾਂ ਕਿਹਦੀ ਚੱਲਦੀ ਏ ਰੱਬ ਜਿਸ ਹਾਲ ਚ ਰੱਖੇ ਰਹਿਣਾ ਪੈਂਦਾ ਏ ਚੌਧਰੀ ਸੁਹੇਲ ਸਾਹਿਬ 290 ਚੌਧਰੀ ਸੁਹੇਲ ਸਾਹਿਬ 290 ਜਨਾਬ ਜੀ ਆਇਆਂ ਨੂੰ ਖੁਸ਼ਾਮਦੀ ਆਓ ਜਨਾਬ ਚੌਧਰੀ ਸ਼ਬੀਰ ਵੜਾਇਤ ਸਾਹਿਬ ਆਪ ਜੋਧਪੁਰ ਗੁਜਰਾਂਵਾਲਾ ਹਾਂਜੀ ਲਓ ਜਨਾਬ ਸਾਡੇ ਜਿੰਨੇ ਵੀ ਵੀਰ ਆ ਰਹੇ ਨੇ ਸਭ ਵੀਰਾਂ ਦਾ ਇੰਤਹਾਈ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਬੜੀਆਂ ਮੁਹੱਬਤਾਂ ਸਾਂਝੀਆਂ ਕੀਤੀਆਂ ਬੜਾ ਪਿਆਰ ਕੀਤਾ ਚੌਧਰੀ ਸੁਹੇਲ ਸਾਹਿਬ ਚੱਕ ਨੰਬਰ 290 11-12 ਨੂੰ ਮੇਲਾ ਸਜਾ ਰਹੇ ਨੇ ਇਨਸ਼ਾਅੱਲਾ ਤਾਲਾ ਬਾਬਾ ਜੀ ਗੁਲਾਮ ਅਬਾਸ ਸਾਹਿਬ ਉਹਨਾਂ ਦੇ ਉਸ ਸਾਲਾਨਾ ਉਸ ਦੇ ਮੌਕੇ ਤੇ ਜਿੱਥੇ ਉਸਤਾਦ ਅਬਦੁਲ ਖਾਲਕ ਟੋਨੀ ਵਰਗੇ ਜਨਾਬ ਮੇਜ਼ਬਾਨ ਹੋਣਗੇ ਸਾਬਕਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਕਿਸਤਾਨ ਭਾਗ ਦਾ ਉਸਤਾਦ ਅਬਦੁਲ ਖਾਲਕ ਟੋਨੀ ਔਰ ਜਨਾਬ ਚੌਧਰੀ ਸੁਹੇਲ ਸਾਹਿਬ ਨਾਲ ਨਾਲ ਹੋ ਕੇ ਨਾ ਜੀ ਦੋ ਦੋ ਕੁਰਸੀਆਂ ਦੇ ਤਿੰਨ ਤਿੰਨ ਬਹਿ ਜਾਓ ਜਿਵੇਂ ਵੀ ਹੈ ਗੁਜ਼ਾਰਾ ਕਰੋ ਮਿਹਰਬਾਨੀ ਕਰਕੇ ਅੱਜ ਜਿੰਜ ਮਰਜ਼ੀ ਕਰੋ ਪਰ ਇੰਜ ਨਾ ਕਰਿਆ ਜੀ ਇਹ ਤੁਹਾਡੀ ਮਿਹਰਬਾਨੀ ਲਓ ਜੀ 91 ਦੀ ਧਰਤੀ ਅੱਜ ਪੂਰੀ ਸਜੀ ਹੋਈ ਹੈ ਦੁਲਹਨ ਦੀ ਤਰ੍ਹਾਂ ਸਜਾਇਆ ਗਰਾਊਂਡ ਹਰ ਇੱਕ ਨੂੰ ਮਾਣ ਹੁੰਦਾ ਮਾਰੀਆਂ ਬੈਠਕਾਂ ਤੇ ਡੰਡ ਕੱਢਿਆ ਦਾ ਦੁਨੀਆ ਐਵੇਂ ਨਹੀਂ ਪੂਜਦੀ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆ ਦਾ ਬਿੜਾ ਵਰਗੀਆਂ ਛਾਤੀਆਂ ਨਾਲ ਕੁੜਾ ਵਰਗੀਆਂ ਛਾਤੀਆਂ ਨਾਲ ਇਹ ਵੱਖਰੀ ਤਾਕ ਜਮਾ ਜਾਂਦੇ ਕੌਡੀ ਖੇਡ ਪ੍ਰੈਸ਼ੋ ਪੰਜਾਬੀਆਂ ਦਾ ਜਿੱਥੇ ਖੇਡ ਦੇ ਵੀਡੀਓ ਛਾ ਜਾਂਦੇ ਜਿੱਥੇ ਖੇਡ ਦੇ ਵੀਡੀਓ ਛਾ ਜਾਂਦੇ ਸਖਤੀ ਕਰੋ ਸਖਤੀ ਕਰੋ ਬਾਬਾ ਜੀ ਬਾਬਾ ਬੱਗਾ ਕਿਹਨੂੰ ਕਿਹਨੂੰ ਲਾਈ ਜਾਂਦੇ ਉਹ ਟੀਮ ਦੇ ਫਿਰ ਜਾਵੇ ਤੂੰ ਹੋਰ ਕਿਹਨੂੰ ਬਹੁਤ ਅੱਛਾ ਹਾਂਜੀ ਮਿਹਰਬਾਨੀ ਕਰੋ ਹਾਂਜੀ ਅੱਛਾ ਇਹ ਨਾ ਦੋਨੋਂ ਦੇਖਣ ਨਹੀਂ ਹੋ ਪਾਏ ਆਓ ਆਪਣਾ ਆਪਣਾ ਉਸਤਾਦ ਅਬਦੁਲ ਖਾਲਕ ਟੋਨੀ 11-12 ਅਕਤੂਬਰ ਆਉਣ ਦਿਓ ਜੀ ਇੰਟਰੀ ਕਰਦੇ ਆਓ ਜੀ ਆਓ ਬਿਸਮਿਲਾ ਜੀ ਜੀ ਆ ਟੀਮਾਂ ਦੀ ਆ ਰਹੀ ਆ ਜੀ ਲਾਲਾ ਬੈਦਲਾ ਔਰ ਵਿਕਾਸ ਬੰਦ ਅੱਜ ਦੀ ਇਸ ਕਬੱਡੀ ਦੇ ਵਿੱਚ ਇਨਸ਼ਾਅੱਲਾ ਪ੍ਰਭਾਵ ਕਰਨਗੇ ਆਓ ਜੀ ਉਸਤਾਦ ਅਬਦੁਲ ਖਾਲਕ ਟੋਨੀ ਸਾਬਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਕਿਸਤਾਨ ਮੋਢਾ ਚੱਕ ਨੰਬਰ 290 11-12 ਅਕਤੂਬਰ 11-12 ਅਕਤੂਬਰ ਇਨਸ਼ਾਅੱਲਾ ਵੱਡਾ ਜੋੜ ਵੱਡਾ ਇਕੱਠ ਜੋ ਜੇ ਬੰਦੇ ਬਹਿਣਗੇ ਤੇ ਪਤਾ ਲੱਗੇਗਾ ਜੇ ਵਿਚਲੇ ਬੰਦੇ ਖਲੋਤੇ ਰਹੇ ਇੱਕ ਪਾਸੋਂ ਦਿਸ ਰਿਹਾ ਇੱਕ ਪਾਸੋਂ ਕੋਈ ਨਹੀਂ ਦਿਸ ਰਿਹਾ ਲਓ ਜਨਾਬ
ਅੱਜ ਅਰਸ਼ਦ ਸਾਹਿਬ ਦੇ ਸੱਦੇ ਤੇ ਮੁੰਡਾ ਆਇਆ ਇੱਕ ਵਾਰੀ ਤਾੜੀ ਮਾਰਨੀ ਬੱਚੇ ਦਾ ਪਰਫਾਰਮ ਤੁਸੀਂ ਵੇਖਣਾ ਅਜੇ ਅਜੇ ਤੇ ਤੁਹਾਨੂੰ ਇਹਨੇ ਐਂਟੀ ਨਹੀਂ ਨਾ ਖੋਲਿਆ ਅਜੇ ਤੇ ਸ਼ੁਰੂਆਤ ਹੈ ਹਾਂਜੀ ਅਲੀ ਜਵਾਨਾਂ ਨੂੰ ਜਨਾਬ ਸਾਰੇ ਮਹਿਮਾਨ ਆਪਣਾ ਪਲੇਅਰਾਂ ਨੂੰ ਜੀ ਆ ਖੁਸ਼ ਆਮਦੀ ਹੁਣ ਤਾੜੀ ਬਣਦੀ ਕਿ ਨਹੀਂ ਬੱਚੇ ਨੇ ਬੱਚੇ ਹਾਂਜੀ ਇਹ ਗੱਲ ਜੀ ਜ਼ਿੰਦਾਬਾਦ ਬਾਈ ਇਹ ਫੜ ਹਜ਼ਰਾ ਉਤਰਾ ਰੱਖ ਸਿਰ ਜਰਾ ਕਮਕਾ ਉੱਤੇ ਰੱਖ ਕੇ ਇਹ ਲਓ ਜੀ ਅੱਜ ਅਰਸਾ ਸਾਹਿਬ ਸੋਚੋ ਜੀ ਤਾੜੀ 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 ਹਾਏ ਹਾਏ ਤੁਹਾਡਾ ਕੰਮ ਤਾੜੀ ਵੀ ਨਹੀਂ ਬਣਦਾ ਹਾਏ ਵਾਹ ਜੀ ਵਾਹ ਸਦਕੇ ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ ਅਗਰ ਤੁਮ ਨਾ ਹੋਤੇ ਵਾਹ ਵਾਹ ਸਦਕੇ 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 ਉਹ ਜੀ ਇਹ ਪੁੱਤਰਾ ਕਮਾਲ ਕਰ ਗਿਆ ਲੈ ਵੀ ਜਿਹੜੇ ਬੰਦੇ ਆਪਣੇ ਵਾਲਦਿਆਂ ਦਾ ਮੁਆਵਜ਼ਾ ਕਰਦੇ ਨੇ ਅਗਲੇ ਬੰਦੇ ਥੱਲੇ ਬਹਿ ਜਾਓ ਫਰੰਟ ਲਾਈਨ ਵਾਲੇ ਜਿਹਨਾਂ ਨੂੰ ਬਹਿ ਕੇ ਕੌਡੀ ਦਿਸ ਸਕਦੀ ਹੈ ਥੱਲੇ ਬੈਠ ਜਾਓ ਆਪਣੇ ਮਾਪਿਆਂ ਨਾਲ ਮੁਹੱਬਤ ਵਾਲੇ ਬੰਦੇ ਆ ਕਹਿੰਦੇ ਮੈਂ ਕੋਈ ਆਮ ਮੈਂ ਕਿਹੜਾ ਕੋਈ ਬੰਦਾ ਹਾਂਜੀ ਭਾਈ ਜਾਨ ਆ ਨੀਲੇ ਸੂਟ ਵਾਲੇ ਭਾਈ ਤੁਸੀਂ ਬਹਿ ਸਕਦੇ ਹੋ ਮੈਂ ਮਾਪਿਆਂ ਨਾਲ ਮੁਹੱਬਤ ਵੀ ਸੌ ਕਰਾਈ ਕੋਈ ਤੁਹਾਨੂੰ ਬਹਾਲਣੇ ਨਹੀਂ ਆਖਿਆ ਲੇਕਿਨ ਸਿਰਫ ਆਪਣੇ ਮਾਪਿਆਂ ਨਾਲ ਮੁਹੱਬਤ ਪਿਆਰ ਸਾਂਝਾ ਕਰੋ ਮਲਕ ਮਨਜ਼ੂਰ ਸੁਭਾਸ ਕੇ ਕਿਹੜਾ ਬੰਦਾ ਇਸ ਦਾਲੇ ਤੇ ਬੈਠ ਲਿਆ ਮੈਨੂੰ ਜਰਾ ਦੱਸ ਦਿਓ ਕਿਹੜਾ ਚੌਰੀ ਜ਼ਿਆ ਸਾਹਿਬ ਆਏ ਨੇ ਕਿ ਨਹੀਂ ਮੈਨੂੰ ਪਤਾ ਹਾਂਜੀ ਇਹ ਭਾਈ ਜੀ ਇਹ ਦਾਲੇ ਦੀ ਕੁਰਸੀ ਨਹੀਂ ਲਵਾਉਣੀ ਇਹ ਤੁਹਾਨੂੰ ਮੈਂ ਦੱਸ ਦਿਆ ਹਾਂਜੀ ਮਿਹਰਬਾਨੀ ਕਰੋ ਜੀ ਦੋਵੇਂ ਟੀਮਾਂ ਜਲਦੀ ਆ ਜਾਓ ਉਰੇ ਹੁਣ ਕਦੋਂ ਕੁ ਹੋਣੀਆਂ ਨੇ ਟੀਮਾਂ ਹਿਸਾਬ ਹੈ ਕਿ ਇਹਨੂੰ ਇਹ ਬੱਚੇ ਨੂੰ ਜੇ ਇਨਾਮ ਨਾ ਮਿਲਿਆ ਤੇ ਮੈਂ ਰੇਂਜਾ ਹੋਵੇ ਕੋਈ ਬਾਹਰੋਂ ਮੁੰਡੇ ਨਹੀਂ ਆਉਂਦੇ ਇਹ ਸਾਰਾ ਕੁਝ ਵਿੱਚ ਹੀ ਖਲੋਤਾ ਹੀ ਹਾਜੀ ਅਰਸ਼ਦ ਦੇ ਇਹਦੇ ਨਰਮ ਦਿਲ ਦਾ ਬੰਦਾ ਨਾ ਇਹ ਆਉਣ ਦੇ ਇਹਦਾ ਕਿਹੜਾ ਰੌਲਾ ਤਾੜੀ 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 ਆਏ ਇੰਟਰਨੈਸ਼ਨਲ ਰੈਫਰੀ ਜਨਾਬ ਡਾਕਟਰ ਮੁਹੰਮਦ ਅਰਸ਼ਦ ਸਾਹਿਬ ਜੀ ਆਏ ਖੁਸ਼ਾਮਦੀ ਅੱਜ ਜਨਾਬ ਕਬੱਡੀ ਵੇਖਣ ਦੇ ਨਜ਼ਾਰੇ ਅੱਜ ਚੈਕਿੰਗ ਵਾਸਤੇ ਆਏ ਨੇ ਕਿ ਮੇਰੇ ਪੁੱਤਰ ਕੀ ਕਰ ਰਹੇ ਅੱਜ ਇਹ ਐਂਟਰੀ ਗੇਟ ਤੋਂ ਭਾਈ ਜਾਨ ਥੋੜ੍ਹੀ ਸਖਤੀ ਕਰਕੇ ਨਾ ਵੀਰ ਜੀ ਥੋੜ੍ਹੀ ਸਖਤੀ ਜੀ ਜਿਹੜਾ ਬੰਦਾ ਨਹਾ ਧੋ ਕੇ ਆਵੇ ਉਹਦਾ ਇਹ ਵੀ ਹੱਕ ਅੰਦਰ ਹੀ ਆ ਜਾਏ ਮਹਿਮਾਨਾਂ ਨੂੰ ਆਉਣ ਦਿਓ ਉਸਤਾਦ ਅਬਦੁਲ ਖਾਲਕ ਟੋਨੀ ਉਹਦਾ ਜਾਂ ਗੁਲਾਮ ਅਬਾਸ ਸਾਹਿਬ ਉਹਨਾਂ ਮਿਲੇ ਨੀ ਪੁਰਾਣੇ ਯਾਰ ਕਬੱਡਰ ਵੇਖੇ ਆਪਣੇ ਵਕਤ ਦੇ ਗਾਲਾਂ ਕੱਢਦੇ ਹੁੰਦੇ ਭੈਣ ਦਾ ਜੱਫਾ ਨਹੀਂ ਦੇਦਾ ਉਹਨੇ ਕਿਹਾ ਭਾਈ ਇਹਦੇ ਕੌਡੀ ਖੜੀ ਹੈ ਜੋ ਮਰਜ਼ੀ ਕਰ ਉਸਤਾਦ ਨਿੱਕੂ ਉਸਤਾਦ ਅਬਦੁਲ ਖਾਲਕ ਟੋਨੀ ਵੱਡੇ ਪੁਰਾਣੇ ਵਕਤਾਂ ਦੇ ਵੱਡੇ ਖਿਡਾਰੀ ਆਓ ਜੀ ਹਾਜੀ ਲਓ ਪਹਿਲਵਾਨ ਸਾਹਿਬ ਜੀ ਆਇਆਂ ਨੂੰ ਚੌਧਰੀ ਬਾਬਰ ਸੁਲਤਾਨ ਗੁੱਜਰ ਸਮੁਰ ਦਰਾ ਇਸਮੇਲ ਤੇਰਾ ਗਿਆਰਾਂ ਤਸੀਰ ਜੀ ਚੌਧਰੀ ਜ਼ਿਲ੍ਹਾ ਸਾਹੀਵਾਲ ਮਿਹਰਬਾਨੀ ਸ਼ੁਕਰੀਆ ਜਨਾਬ ਚੌਰੀ ਅਸਰ ਭੋਲਾ ਸਾਹਿਬ ਆ ਗਿਆ ਜੀ ਐਂਟਰੀ ਗੇਟ 'ਤੇ ਸਖਤੀ ਕਰੋ ਮਹਿਮਾਨ ਆ ਰਹੇ ਨੇ ਐਂਟਰੀ ਗੇਟ 'ਤੇ ਹਾਂਜੀ ਲਓ ਜਨਾਬ ਮਹਿਮਾਨ ਆ ਗਿਆ ਜੀ ਇਹ ਤੁਹਾਨੂੰ ਮੈਂ ਦੱਸ ਦਿਆ ਹਾਂਜੀ ਦਰਖਤਾਂ ਦੇ ਉੱਤੇ ਬੱਚੇ ਚੜ ਗਏ ਨੇ ਆਏ ਯਾਰੀ ਅੱਟ ਦੀ ਤੂਤ ਦਾ ਮੋਛਾ ਕਦੇ ਨਹੀਂ ਵਿਚਾਰਾ ਟੁੱਟਦਾ ਪੁੱਤਰਾ ਇਹ ਤੂਤਾਂ ਦੇ ਵਿੱਚ ਟੁੱਟਦਾ ਨਹੀਂ ਪਰ ਹੱਥੋਂ ਵੱਧ ਹਵਾ ਨਹੀਂ ਚੰਗੀ ਸੱਪਾਂ ਨਾਲ ਵਫਾ ਨਹੀਂ ਚੰਗੀ ਇਹ ਮਿਹਰਬਾਨੀ ਕਰਿਆ ਜੇ ਹੁਣ ਆਵੇ ਕੋਈ ਹਾਲਾਤ ਨਵੇਂ ਬਣਾ ਲਈਏ ਹਾਂਜੀ
ਸਾਡੇ ਮਹਿਮਾਨ ਨਸੀਬ ਲੈ ਨੇ ਮਿਹਰਬਾਨੀ ਬੰਦੇ ਉੱਤੇ ਵੇਚਦੇ ਉਹ ਭਾਈ ਡੱਬਾ ਕਿੱਧਰ ਭਾਈ ਹੈਲੋ ਕਿੱਧਰ ਉਹ ਮੇਰੀ ਆਵਾਜ਼ ਬੰਦ ਕਰਾਉਣੀ ਰਹਿਣ ਦੇ ਹਾਂ ਇੱਧਰ ਹੀ ਕਰੋ ਜਿੱਧਰ ਆਇਆ ਸੀ ਮਿਹਰਬਾਨੀ ਨਹੀਂ ਆਉਂਦੀ ਆਵਾਜ਼ ਬਸ ਇੱਥੇ ਇੱਥੇ ਮੈਂ ਹਾਂ ਵਜਾਣਾ ਮੈਂ ਦੇਖਾ ਲੱਗ ਗਿਆ ਡੱਬਾ ਲੈ ਕੇ ਚਲੋ ਆਓ ਜੀ ਲਓ ਪਹਿਲਵਾਨ 290 11-12 ਅਕਤੂਬਰ ਯਾਦ ਰੱਖਣਾ ਡੀ ਐਸ ਪੀ ਸਾਹਿਬ ਫਿਰ ਆ ਗਿਆ ਅੱਲਾ ਦੀ ਕਸਮੇ ਡੀ ਐਸ ਪੀ ਸਾਹਿਬ ਫਿਰ ਆ ਗਿਆ ਜੀ ਇਹ ਹੁੰਦੀ ਜੇ ਗੱਲ ਮੁਹੱਬਤ ਸਾਂਝੀ ਆ ਬਸ 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 ਧਿਆਨ ਨਾਲ ਧਿਆਨ ਹਜੇ ਨਹੀਂ ਪਿੱਛੇ ਹਾਂ ਜੀ ਆ ਗਿਆ ਜਨਾਬ ਮਹਿਮਾਨ ਖੁਸ਼ੀ ਜੀਆਂ ਨੂੰ ਹਾਂ ਜੀ ਲਓ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਜਨਾਬ ਭਾਈ ਦੇ ਸਾਡੇ ਸਮਾਜ ਕੇ ਖਾਨਦਾਨ ਦਾ ਇੰਤਹਾਈ ਸ਼ੁਕਰੀਆ ਮਿਹਰਬਾਨੀ ਓਏ ਹੋਏ ਲੈ ਆਉਣਾ ਯਾਰ ਲਓ ਜੀ ਚੌਧਰੀ ਅਰਜਤ ਭੋਲਾ ਸਾਹਿਬ ਗੋਸਕੀ ਦਾ ਸੂਟ ਕੰਬਾ ਉੱਤੇ ਬੇਸਕੋਟ ਏਡਾ ਕਿਹੜਾ ਰੌਲਾ ਹੈ ਚੌਧਰੀ ਸੇਰ ਸਾਹਿਬ ਤੋਂ ਜੀ ਇਨਸ਼ਾਅੱਲਾ ਸਾਲਾ 290 517 ਵਾਲੇ ਚਾਚਾ ਇਸਮਾਇਲ ਸਾਹਿਬ ਅਚਾਨਕ ਆ ਸਕਦੇ ਨੇ ਨਹੀਂ ਆਏ ਨੇ ਕੋਈ ਗੱਲ ਕਿੱਧਰ ਹਾਂ ਜੀ ਲਓ ਜਨਾਬ ਟੀਮਾਂ ਕਿੱਥੇ ਨੇ ਉਹ ਟੀਮਾਂ ਹਜੇ ਨਹੀਂ ਆਈਆਂ ਮਹਿਮਾਨ ਕਿੱਧਰ ਆਏ ਨੇ ਅੱਛਾ ਜੀ ਭਾਈ ਜਾਣਾ ਵੇਖੋ ਇੱਥੇ ਤਾਦਾਦ ਕਿੰਨੀ ਕੁ ਹੋਈ ਵਾਕਈਅਤ ਬਹੁਤ ਜ਼ਿਆਦਾ ਇਹਨਾਂ ਦਾ ਤਰਲਾ ਕਰੋ ਮਿਹਰਬਾਨੀ ਕਰਕੇ ਡੀ ਐਸ ਪੀ ਅਰੁਣ ਸਾਹਿਬ ਆ ਰਹੇ ਨੇ ਜੀ ਆਓ ਜੀ ਉਮਰਉੱਲਾ ਸਲੀਮਪੁਰੀ ਜਨਾਬ ਅੱਜ ਦੇ ਸਾਡੇ ਮਹਿਮਾਨ ਜਨਾਬ ਚੌਧਰੀ ਅਸਦ ਭੋਲਾ ਸਾਹਿਬ ਦੇ ਨਾਲ ਜੀ ਉਹਨਾਂ ਦੇ ਨਾਲ ਤਮਾਮ ਮੌਜੂਦ ਸ਼ਖਸੀਅਤ ਦਾ ਸ਼ੁਕਰੀਆ ਮਿਹਰਬਾਨੀ ਪਿੱਛੇ ਪਿੱਛੇ ਜੀ ਭਾਈ ਇਹਨਾਂ ਨੂੰ ਰੋਕੋ ਸਖਤੀ ਕਰੋ ਸਖਤੀ ਹਾਂ ਜੀ ਮਿਹਰਬਾਨੀ ਇੱਕ ਮਿੰਟ ਕਿੱਧਰ ਯਾਰ ਦੋਵਾਂ ਟੀਮਾਂ ਨੂੰ ਮੈਂ ਆਖਣ ਤੇ ਲਿਆ ਆ ਜਾਓ ਮੈਂ ਨਾਸਰ ਨੰਬਰਦਾਰ ਸਾਹਿਬ ਤੋਂ ਇਲਾਵਾ ਹੀ ਕਹੀ ਜਾਂਦਾ ਵੀ ਆ ਜਾਓ ਖੁਦਾ ਦਾ ਨਾਂ ਜੀ ਆ ਜਾਓ ਆ ਜਾਓ ਆ ਜਾਓ ਹਜੇ ਵੀ ਆ ਜਾਓ ਤੁਹਾਡੇ ਕੋਲ ਟਾਈਮ ਹੀ ਆ ਜਾਓ ਲਓ ਜੀ 5:30 ਹੋ ਗਏ ਜੇ 5:30 ਹੋ ਗਏ ਜੇ ਏਡਾ ਕਿਹੜਾ ਰੌਲਾ ਹੈ 5:30 ਹੋ ਗਏ ਜੇ ਯਾਰ ਕਿਉਂ ਆਪਣੇ ਬੰਦੇ ਖਰਾਬ ਕਰਦੇ ਨੇ ਜਦੋਂ ਵੀ ਉਹ ਵੇਖੋ ਭਾਜੀ ਕੀ ਕਰਨ ਡਿਆ ਆਪਣੇ ਥੱਲੇ ਵਾਲੇ ਨੂੰ ਸੱਦੀ ਜਾਂਦੇ ਹੋ ਅਸੀਂ ਕਿਸੇ ਨੂੰ ਬਹਿ ਨਹੀਂ ਦੇਣਾ ਕੁਰਸੀਆਂ ਲਾਈਆਂ ਕਿਸੇ ਨੇ ਯਾਰ ਜੇ ਆਪਣੇ ਪਿੰਡ ਨੂੰ ਮਾਣਿਆ ਫਿਰ ਆਪੇ ਹੀ ਪਾ ਲਓ ਉਹ ਜਿਹੜੇ ਆਏ ਨੇ ਉਹਨਾਂ ਨੂੰ ਪਾ ਦਿਓ ਕਿਸੇ ਭਾਅ ਜੀ ਉੱਤਰ ਜੋ ਮਿਹਰਬਾਨੀ ਕਰੋ ਤੁਹਾਡੀ ਮਿਹਰਬਾਨੀ ਹੈ ਹਾਂ ਜੀ ਹਾਂ ਜੀ ਆਓ ਜੀ ਅੱਛਾ ਯਾਰ ਮਿਹਰਬਾਨੀ ਕਰੋ ਜੀ ਲਓ ਜੀ ਸਾਡੇ ਮਹਿਮਾਨੇ ਖੁਸ਼ੀ ਤਸ਼ਰੀਫ ਲਿਆ ਰਹੇ ਨੇ ਅੱਜ ਦੇ ਇਸ ਮੈਚ ਦੇ ਮਹਿਮਾਨੇ ਮੌਜ਼ਮ ਜਨਾਬ ਚੌਧਰੀ ਅਸਦ ਭੋਲਾ ਸਾਹਿਬ ਡੀ ਐਸ ਪੀ ਜਨਾਬ ਅਰੁਣ ਸਾਹਿਬ ਪਾਕਿਸਤਾਨ ਦਾ ਵੱਡਾ ਨਾਂ ਬਾਊ ਹਾਜੀ ਬਾਊ ਰਸ਼ੀਦ ਸਾਹਿਬ ਜਨਾਬ ਚੌਧਰੀ ਬਾਬਰ ਸੁਲਤਾਨ ਗੁਜਰ ਸਾਹਿਬ ਹਾਂ ਜੀ ਲਓ ਜੀ ਇੱਧਰਲੇ ਪਾਸੇ ਸਾਡੇ ਮਹਿਮਾਨ ਆ ਗਿਆ ਜੀ ਯਾਰ ਜੀ ਮਿਹਰਬਾਨੀ ਸ਼ੁਕਰੀਆ ਜੀ
ਜੀ ਨਹੀਂ 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 ਕਿਹਾ ਤੇ ਛੱਡੋ ਮੇਰਾ ਇਹਦਾ ਕਿਹੜਾ ਰੋਲ ਹੈ ਮਿਹਰਬਾਨੀ ਆਪ ਸਾਹਿਬ ਸ਼ੁਕਰੀਆ ਜੀ ਹਾਂਜੀ ਲਓ ਜਨਾਬ ਚੋਰੀ ਅਸਦ ਭੋਲਾ ਸਾਹਿਬ ਖੁਸ਼ ਆਮਦੀਦ ਆਓ ਜੀ ਉਮਰ ਅੱਲਾ ਸਲੀਮਪੁਰੀ ਸਾਹਿਬ ਉਧਰਲੇ ਪਾਸੇ ਮੈਂ ਵੇਖ ਰਿਹਾ ਹਾਜੀ ਬਹੁ ਰਸ਼ੀਦ ਚੌਧਰੀ ਸਾਹਿਬ ਮਿਹਰਬਾਨੀ ਆਏ ਜਨਾਬ ਆਜੀ ਕਰਮਦੀਪ ਸਾਹਿਬ ਪੱਠੇ ਵਾਲੇ ਬਿਸਮਿਲਾ ਚੌਧਰੀ ਬਾਬਰ ਸੁਲਤਾਨ ਗੁਜਰ ਸਾਹਿਬ ਜ਼ਮੁਰਦ ਰਾਈਸ ਮਿਲ 13-11 ਤਸੀਤੀ ਚੌਧਰੀ ਜ਼ਿਲ੍ਹਾ ਸਾਹੀਵਾਲ ਸ਼ੁਕਰੀਆ ਮਿਹਰਬਾਨੀ ਹਾਜੀ ਰਸ਼ੀਦ ਗੁਜਰ ਬਿੱਲਾ ਸਾਹਿਬ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਆਓ ਚੇਅਰਮੈਨ ਸੇਠ ਮੁਹੰਮਦ ਬੂਟਾ ਚੇਅਰਮੈਨ ਸਾਹਿਬ ਕਰਾ 517 ਦੀ ਧਰਤੀ ਧੰਨ ਭਾਗ ਸਾਡੇ ਸਣੇ ਪੁੱਤਰਾ ਅੱਜ ਤੇ ਅੱਜ ਕਿਹੜਾ ਰੋਲ ਹੈ ਹਾਂਜੀ ਆਓ ਜੀ ਚਾਚੇ ਪਹਿਲ ਦਾ ਖਾਨਦਾਨ ਵੀ ਸਾਰੇ ਵੀਰਾਂ ਜੀ ਆਲ ਖੁਸ਼ ਆਮਦੀਦ ਹਾਜੀ ਮੁਹੰਮਦ ਅਰਸ਼ਦ ਸਾਹਿਬ ਬੜੀ ਮਿਹਰਬਾਨੀ ਤੁਹਾਡੇ ਸੱਦੇ ਤੇ ਚੌਰੀ ਅਸਰ ਭੋਲਾ ਸਾਹਿਬ ਨੇ ਅੱਜ ਫਿਰ DSP ਹਰੂਰ ਸਾਹਿਬ ਨੂੰ ਰਿਕੁਐਸਟ ਕਰਕੇ ਬੁਲਾਇਆ ਇੰਤਹਾਈ ਸ਼ੁਕਰੀਆ ਇੱਕ ਵਾਰੀ ਤਾੜੀ ਮਾਰੋ ਭਰਪੂਰ ਤਾੜੀਆਂ ਮਹਿਮਾਨਾਂ ਵਾਸਤੇ ਤਾੜੀਆਂ ਜੀ ਪਿੱਛੇ ਆ ਜਾਓ ਚਾਚਾ ਲਗਾ ਤੇ ਮੈਂ ਕਿੱਥੇ ਜਾਂਦਾ ਜੀ ਉਹ ਯਾਰ ਟੀਮਾਂ ਦੋਵੇਂ ਹੀ ਪਤਾ ਨੀ ਕੀ ਵੇਖਦੇ ਨੇ ਸਾਡੀ ਕਿੰਨੀ ਕੁ ਅਖੀਰ ਵੇਖਦੇ ਨੇ ਪਲੇਅਰ ਕਿ ਕਿੰਨੇ ਕੁ ਤਰਲੇ ਕਰੋ ਤੇ ਅਸੀਂ ਤਾਂ ਆਵਾਂਗੇ ਆਓ ਅਵੈਸ ਮੈਂ ਵੇਖਦਾ ਪਿਆ ਅਜੇ ਕੱਪੜੇ ਨੀ ਲਾਏ ਏਡੀ ਦੁੱਖ ਵਾਲੀ ਗੱਲ ਹੈ ਯਾਰ ਕੁਝ ਆਪਣੇ ਆਪ ਹੋਣੀ ਚਾਹੀਦੀ ਹੈ ਅਵੈਸ ਇਹ ਟੀਮ ਦਾ ਅਜੇ ਸਲਾਹ ਹੀ ਨਹੀਂ ਬਣਨ ਦੀ ਟੀਮਾਂ ਦੇ ਅਜੇ ਮੈਂ ਤੇ ਤਰਲੇ ਕਰੀ ਜਾਣੇ ਨੇ ਮਿਹਰਬਾਨੀ ਕਰਕੇ ਜਨਾਬ ਦੋਵੇਂ ਟੀਮਾਂ ਜਲਦੀ ਆ ਜਾਓ ਦੋਵੇਂ ਟੀਮਾਂ ਜਲਦੀ ਆ ਜਾਓ ਭਾਈ ਜਾਣ ਭਾਈ ਅਫਸਰ ਜੇ ਬੰਦੇ ਆ ਭਾਈ ਜਿਹੜੇ ਲੰਘ ਗਏ ਥੱਲੇ ਬਹਿ ਇੱਥੇ ਕਿਤੇ ਸਾਈਡ ਤੇ ਬਹਿ ਬੂ ਜਾਓ ਆਓ ਪਿਛਲੇ ਬੰਦੇ ਡਿਸਟਰਬ ਨੇ ਹਾਂਜੀ ਜੀ ਮਿਹਰਬਾਨੀ ਜਨਾਬ ਸਾਰੇ ਮਹਿਮਾਨਾਂ ਦੀ ਆਮਦ ਤੇ ਜਨਾਬ ਚੇਅਰਮੈਨ ਸੇਠ ਮੁਹੰਮਦ ਬੂਟਾ ਸਾਹਿਬ ਇਹ ਚੇਅਰਮੈਨ ਯੂਨੀਅਨ ਕੌਂਸਲ 291 ਉਹਨਾਂ ਦੇ ਵੱਲੋਂ 1000 ਰੁਪਈਆ ਮਤਲਬ ਲਈ ਸ਼ੁਕਰੀਆ ਮਿਹਰਬਾਨੀ ਲੇਕਿਨ ਦੋਵੇਂ ਟੀਮਾਂ ਜਲਦੀ ਆ ਜਾਓ ਦੋਵੇਂ ਟੀਮਾਂ ਜਲਦੀ ਇਹ ਚੌਰੀ ਅਸਰ ਭੋਲਾ ਸਾਹਿਬ ਉਹ ਹਾਜੀ ਅਰਸ਼ਦ ਸਾਹਿਬ ਨੇ ਜਿਹੜਾ ਉਹਨਾਂ ਨੂੰ ਵਿੱਚ ਕਰਕੇ ਕੱਲਿਆ ਕਰਾਓ ਮੈਂ ਰਿਕੁਐਸਟ ਕਰਨੀ ਹਾਜੀ ਬਹੁ ਰਸ਼ੀਦ ਚੌਧਰੀ ਸਾਹਿਬ ਵਿੱਚ ਕਹਿ ਰਹੇ ਪਾਕਿਸਤਾਨ 'ਚ ਏਡਾ ਵੱਡਾ ਕੋਚ ਨਹੀਂ ਪੈਦਾ ਹੋਇਆ ਆ ਜਿਹੜੇ ਵਿੱਚ ਜਾ ਰਹੇ ਨੇ ਤਾੜੀ ਮਾਰ ਦਿਓ ਚੌਰੀ ਅਸਰ ਭੋਲਾ ਸਾਹਿਬ ਵਿੱਚ ਆਏ ਨੇ ਚੌਰੀ ਅਸਰ ਭੋਲਾ ਸਾਹਿਬ ਸੇਠ ਮੁਹੰਮਦ ਬੂਟਾ ਚੇਅਰਮੈਨ ਸਾਹਿਬ ਤੇ ਅਬਦੁਲ ਖਾਲਕ ਟੋਨੀ ਇਹ ਜਿਹੜੇ
بندے نو بیچنے جا رہے ہیں اللہ دی قسم او ڈولا نے فلاں ہو یار ایک تے تانوں بڑی موچھ تگڑی رکھی ہے سانو جریر کرن اچھا جی سنو اے حاجی ارشد صاحب نے جنہاں نے تواڈے واسطے میلہ لوایا حاجی ارشد صاحب ہاتھ کھڑا کریا جی ہاتھ کھڑا کرو حاجی ارشد صاحب او تاڑی مار دیو جنہاں نو کوڈی نال پیار ہے قسم لگے نا تاڑی نہ مارے حاجی ارشد صاحب واسطے تاڑیاں 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 انہاں نے سارا میلہ لوایا جی انہاں دا انتہائی شکریہ جڑے ہر سال ساڈے کول اس میلے تے آندے نے اور اے سارا خرچہ پورٹ کردے نے شکریہ جی محمد ارشد صاحب سباج کے جنہاں دی بڑی محنت کبڈی واسطے بڑی ایفٹ ٹولا دے سائڈ تے ہو جو پھر ٹرو ٹیماں دوویں جناب اجے تک کپڑے نہیں لائے میں ادھر ویکھ رہا اللہ دی قسم شرم والی گل ہی کوئی نہیں او اجے کپڑے لان ڈے نے اجے سوچن ڈے نے کریے کی آ دے گئے کریے کی ہن ہن شام پائیے جی مہربانی کبڈی شان پنجابیاں دے فیس بک پیج تے لائیو چلدا ہویا اج دا ایک کبڈی دا میلہ شکریہ مہربانی میاں وقار عظیم سباج کے اج دے سارے مہماناں دی آمد تے مبلک 1000 روپیہ مطلب لائی شکریہ مہربانی جی مہربانی جناب چودھری بابر سلطان گجر صاحب زمرد رائس مل اج دے اچھے انتظام تے خوش ہو کے چوری ارشد پولا صاحب حاجی ارشد صاحب انہوں نے اچھے انتظام سے خوش ہو گئے چوری بابر سلطان گجر صاحب 13-11 تسی چیچا بدنی ضلع ساہیوال 1000 روپیہ مطلب لائی شکریہ مہربانی بھائی جان نے جڑی انتظامیہ تھوڑے کر دو میرے تسی دوویں کون ہو اچھا جڑے بندے نو ویکھی آندا بکواس کر رہے تے پتہ ہی کون میں گجر صاحب لایا وہ اپنے تجربے نہ گل کر دے مہربانی حاجی کرمدین پٹھے والے ممبر ڈسٹرکٹ کاؤنسل ضلع ٹوپا ٹیک سنگھ 1000 روپیہ مطلب لائی شکریہ مہربانی لیکن ٹیماں دوویں نہیں آ رہی ہیں دوویں ٹیماں یار انتظامیہ مگر جائے اوے انہوں باہر کڈو یار دوویں ٹیماں پا جی وچ کپڑے والے بندیاں دی تعداد زیادہ ہو گئی ہے مہربانی کر کے پہلے ہی آ جاؤ سیٹ محمد بوٹا چیئرمین اللہ دی قسم اج سارا کچھ ہی سویر دا شوق پینے آپ بیل دوڑ جڑی بیل گاڑی جڑی دوڑ ہوندی ہے اودے وچ وی کوئی 3-4 راؤنڈ ویکھے نے پورے نظارے آئے نے پیریڈ تھوڑا کھیلیا مہماناں کولوں نہیں ملے ایک بالیاں ہور لا کے ہار جڑے ہونا ہے انہاں سامنے پھر جا میں اپنا پرفارم کرن منڈے کڑا ہون دے کیڑا پلیئر لگے ہوندے نے ہاں جی آئے ہائے لو جی ارشد پولا صاحب منڈا دے ویکھو باؤ حاجی رشید چودھری صاحب ہے ویکھو بچہ تاڑی مارو ہن تاڑی نہیں بنتی انہیں کیا جڑے ہون مہمان آئے نا انہاں میرا ہاں جی انہاں والوں نام او بھائی کدھروں لنگ لنگ کے لگے ہوندے ہیلو بھائی اچھا اچھا یار اتنی گیٹ تو ہونا ہی جی تھانوں بھائی عزت طور پہ ہی سد دے اچھا چلو پھر ٹھیک ہے تو تک آ گیا اگوں پھر آپ ہی آ جائے تھوڑا اچھا یار ٹیم جڑی نے کتنے نے او شاکر ہے جی بنین پائی آ شاکیا او ویکھو اے ٹیپاں ویٹن دے رہے اجے کوئی صاحب لگ رہا کہ اسی آئیے گرینڈ دئیے یقین کرو اینا بھی زیادہ تنگ نہیں کریدا اینا زیادہ کسی نوں ذلیل نہیں کریدا کہ جے کوئی سد لوے تے ٹیماں دا دل کردا کہ مغرب دی اذان تو بعد فلڈ لائٹ تو بھی بعد کوٹی ہوے اے مہربانی کرو کل اسی 5 بجے دا ٹائم دتا سی آؤ جی استاد عبدل خالق ٹونی اپنے سمے دا وڈا کھڑاری تیل پام گریس تے مکمل پابندی تے 40 منٹ دا پورا میچ ہونا ہے اے تہانوں میں دس دیاں 40 منٹ تو گھٹ 39 بھی نہیں ہونا ہاں جی راہ خالی کرو جی مہربانی جناب ڈی ایس پی ہارون صاحب جو اس لیے ساڈے سٹیج دی زینت نے شکریہ مہربانی اور جناب انہاں دے نال چاچا جی اسماعیل صاحب 517 تو شکریہ اور بھی جنے دوست آئے نے مہربانی جی خوش آمدید جناب چودھری محمد نعیم گجر صاحب گدڑ پنڈی پنڈی تو جناب جی این خوش آمدید چودھری محمد نعیم گجر صاحب مہربانی اسی آنے والے کلے کلے ویر دا حاجی محمد ارشد سباج جی انہاں والوں جی این انہاں نوں کہنے آ خوش آمدید مہربانی تسی قیمتی وقت دتا تشریف لیاؤ حاجی ارشد صاحب دا اے لوایا ہویا میلہ سائیں رب راکھا سرکار دے سالانہ عرس دے موقع تے انتہائی شکریہ مہربانی جی یار بندے آپ صاحب
ਤੁਸੀਂ ਇੱਥੇ ਕਰਕੇ ਆ ਜਾਓ, ਇਹ ਬੰਦਿਆਂ ਨੂੰ ਥੱਲੇ ਪਾਓ, ਇਹ ਪਿਛਲੇ ਬੰਦੇ ਆਸਰਾ ਲੈ ਰਹੇ ਨੇ, ਥੱਲੇ ਪਾ ਜਾਓ, ਥੱਲੇ ਪਾ ਜਾਓ, ਥੱਲੇ ਪਾ ਜਾਓ, ਬਿਠਾਓ ਬਿਠਾਓ, ਲੰਘ ਜਾਓ ਲੰਘ ਜਾਓ। ਟੀਮਾਂ ਭਾਅ ਜੀ ਆ ਵੇਖੋ ਤੁਸੀਂ, ਉਹ ਕੱਪੜੇ ਲਾਹਣ ਡੈਣ ਹਜੇ ਵੀ, ਕੋਈ ਬੰਦਾ ਉੱਥੇ ਜਾਓ, ਇਹ ਖੁੱਲ੍ਹਾ ਹੀ ਰਹੋ, ਜਾਓ ਆਹੋ ਬੰਦੇ ਜਾ ਕੇ ਉਹਨਾਂ ਨੂੰ ਲਿਆਓ। ਇਹਨਾਂ ਦਾ ਯਾਰ ਮਾਨਾ ਜੱਟ ਵੀ ਆ ਜਾਏ ਅਤੇ ਦੂਸਰੇ ਪਾਸੇ ਜਨਾਬ ਇਹ ਲਾਲਾ ਫੈਜ਼ਲਾ ਵੀ ਆ ਜਾਏ। ਮਿਹਰਬਾਨੀ ਜਨਾਬ ਸਾਡੇ ਅੱਜ ਦੀ ਇਸ ਖੁਸ਼, ਮਿਹਰਬਾਨੀ ਸ਼ੁਕਰੀਆ ਜੀ ਸਾਡੀ ਇਸ ਕਬੱਡੀ ਦੇ ਵਿੱਚ ਜਨਾਬ ਮਲਕ ਮਨਜ਼ੂਰ ਸਪਾਚ ਕੇ 1000 ਰੁਪਈਆ ਮਤਲਬ ਲਈ, ਸ਼ੁਕਰੀਆ ਮਿਹਰਬਾਨੀ। ਲਓ ਜੀ ਦੋਵੇਂ ਟੀਮਾਂ ਜਿਹੜੀਆਂ ਨਾ ਜੀ ਅਜੇ ਸਲਾਹ ਕਰ ਰਹੀਆਂ ਨੇ, ਆ ਜਾਈਏ ਗ੍ਰਹਿਣ ਲਈਏ, ਪਤਾ ਨਹੀਂ ਕਿਹੜੇ ਵੇਲੇ ਇਹਨਾਂ ਆਉਣਾ ਅਤੇ ਕੀ ਚਾਹੁੰਦੇ ਨੇ। ਅੱਜ ਦੇ ਵਿਕਾਸ ਵੱਟ ਵੀ ਆਇਆ ਸ਼ੀਆ ਦਾ, ਇੰਗਲੈਂਡ ਦੀ ਧਰਤੀ ਤੋਂ ਵੱਡੇ ਮੱਲਾ ਮਾਰ ਕੇ ਮੁਹੰਮਦ ਵਿਕਾਸ ਵੱਟ, ਇਨਸ਼ਾਅੱਲਾ ਹਾਜੀ ਮੁਹੰਮਦ ਅਰਸ਼ਦ ਸਾਹਿਬ ਉਹਨਾਂ ਨੂੰ ਇਨਾਮ ਦੇਣਗੇ, ਔਰ ਉਹਨਾਂ ਦੇ ਨਾਲ ਨਾਲ ਟੀਮ ਆਈ, ਅਜੇ ਵੀ ਟੀਮ ਨਹੀਂ ਆਈ। ਆਓ ਜਨਾਬ ਬਿਸਮਿਲ੍ਲਾ, ਸਾਡੇ ਪੀਰੋ ਮੁਰਸ਼ਦ ਜਨਾਬ ਸਾਡੇ ਇਸ ਸਲਾਨਾ ਉਰਸ ਮੁਬਾਰਕ ਸਾਈ ਰੱਬ ਰਾਖਾ ਸਰਕਾਰ ਦੇ ਗੱਦੀ ਨਸ਼ੀਨ, ਮੈਂ ਬਿਸਮਿਲ੍ਲਾ ਕਰਦਾ ਬਾਬਾ ਜੀ ਜੀ ਆਇਆਂ ਨੂੰ ਇੰਤਹਾਈ ਸ਼ੁਕਰੀਆ ਬਾਬਾ ਜੀ, ਅਦਬ ਦੇ ਨਾਲ ਜਨਾਬ ਨੂੰ ਜੀ ਆਇਆਂ ਨੂੰ ਵੈਲਕਮ ਤੁਸੀਂ ਦੱਸੀ ਜਾਏ। ਔਰ ਜਨਾਬ ਪ੍ਰੋਫੈਸਰ ਸ਼ਬਦਾ ਸਾਈ ਵਾਲ ਉਹ ਵੀ ਆਏ ਨੇ, ਮਿਹਰਬਾਨੀ ਭਾਈ ਇਹ ਜਗ੍ਹਾ ਖਾਲੀ ਕਰ ਦਿਓ, ਉਹ ਜਿਹੜੀਆਂ ਕੁਰਸੀਆਂ ਹੁੰਦੀਆਂ ਉਹ ਅੱਗੇ। ਸਾਡੇ ਲਓ ਜੀ ਲਾਲਾ ਬੈਦੁੱਲਾ ਸਭ ਤੋਂ ਅੱਗੇ, ਸ਼ਾਹਦ ਢਿੱਲੋਂ ਦੂਸਰੇ ਨੰਬਰ ਤੇ, ਤੀਸਰੇ ਨੰਬਰ ਤੇ ਜਾਬਰ ਕੰਬੋ ਫਾਰੂਕ ਤੇ ਦੋਵੇਂ ਭਾਈ, ਉਸ ਤੋਂ ਪਿੱਛੇ ਮੁਹੰਮਦ ਵਿਕਾਸ ਭੱਟ, ਇੰਗਲੈਂਡ ਦੀ ਧਰਤੀ ਦੇ ਵੱਡੀਆਂ ਖੇਡਾਂ ਖੇਡਣ ਵਾਲਾ ਨੌਜਵਾਨ ਲਾਲਾ ਸੈਫੁੱਲਾ ਕੰਬੋ ਨਦੀਮ ਸੱਜਾਦ, ਅੱਜ ਸੱਗੇ ਚਾਰ ਭਾਈ ਤੇ ਸੱਗੇ ਦੋ ਭਾਈ ਇਸ ਵੇਲੇ ਵਿੱਚ ਮੈਦਾਨ ਦੇ, ਇੱਕ ਘਰੋਂ ਹੀ 6 ਬੰਦੇ ਆ ਗਏ ਨੇ, ਬਾਕੀ ਕੀ ਬਣਨਾ। ਤਾੜੀ ਮਾਰੋ ਹਾਂ ਯਾਰ, ਜੇ ਟੀਮ ਆ ਗਈ ਤੇ ਤਾੜੀ ਮਾਰੋ, ਤਾੜੀ ਮਾਰ ਦਿਓ, ਤਾੜੀ ਮਾਰ ਦਿਓ। ਲੇਟ ਕਰ ਗਿਆ ਤੁਸੀਂ, ਲੇਟ ਕਰ ਗਿਆ ਸ਼ਾਹਰੁਖ ਭਾਈ, ਸੋਰੀ ਜਵੇਦ ਨੂੰ ਬਣ ਬਿਠਾਣਾ ਤੇ ਜਵੇਦ ਸਾਹਿਬ ਫਟਾਫਟ ਬਹਿ ਜਾਓ, ਫਿਰ ਮੈਂ ਕਿਹਾ ਜੇ ਸ਼ੁਕਰ ਕਰੋ ਮੈਂ ਸ਼ਾਹਰੁਖ ਨੂੰ ਤਬਲਾ ਕਰਕੇ ਬਹਿ ਜਾ, ਬਹਿ ਜਾਓ ਬਹਿ ਜਾਓ, ਇੱਕ ਬੰਦਾ ਬਹਿ ਜਾ ਬਾਕੀ ਨਾਲ ਲੰਮੇ ਬਹਿ ਜਾਓ, ਹਾਂਜੀ ਥੱਲੇ ਬਹਿ ਬੂਜਾਓ ਯਾਰ ਥੱਲੇ। ਲਓ ਜੀ ਟੀਮ, ਉਹ ਇਮਰਾਨ ਭੋਲਾ ਆਇਆ ਇਸ ਲਾਲਾ, ਉਹ ਭੋਲਾ ਆਇਆ ਜੀ, ਉਹ ਬਲਾਲ ਮੋਹਸਨ ਢਿੱਲੋਂ ਕੱਲ ਦਾ ਸ਼ਲਾਲਾ ਹੀਰਾ, ਉਹ ਵੇਖ ਉਸ ਤੋਂ ਪਿੱਛੇ ਬਾਈ ਲਿਪਟਨ ਕਾਲਾ ਲੇਬਲ ਮੁਸਤਫਾ ਬਿਜਲੀ, ਉਧਰ ਸਾਕਬ ਬਲੋਚ, ਉਹ ਤੇਰੇ ਸਦਕੇ ਸਰਬੋਧੇ ਤੋਂ ਤਾੜੀ ਤੇ ਮਾਰੋ ਯਾਰ, ਟੀਮ ਆਈ ਹੈ ਤਾੜੀ ਵੱਜਣ ਨੇ ਨਹੀਂ ਪਤਾ ਨਹੀਂ ਕੀ ਹੈ। ਆਹ ਮਨਸ਼ਾ ਗੁੱਜਰ ਸ਼ਾਖਾ ਜੱਟ ਪਾਕਿਸਤਾਨ ਏਅਰਫੋਰਸ, ਬਸ ਬਾਈ ਬਸ ਬਸ, ਹੁਣ ਕੋਈ ਬੰਦਾ ਨਾ ਆਵੇ, ਮਿਹਰਬਾਨੀ ਕਰਕੇ ਹੁਣ ਕੋਈ ਬੰਦਾ ਨਾ ਆਵੇ। ਲਓ ਜੀ ਤਾੜੀ ਮਾਰੋ, ਹਾਂ ਟੀਮ ਆ ਗਈ, ਤਾੜੀ ਮਾਰ ਦਿਓ, ਤਾੜੀ ਮਾਰ ਦਿਓ ਜੀ, ਤਾੜੀਆਂ। ਵਿਕਾਸ ਭੱਟ ਕਿੱਥੇ ਵੇ, ਇੱਥੇ ਆ ਜਾ,
ਇੱਧਰ ਆ ਜਾਓ ਜੀ ਅਫਸਰ ਸਾਹਿਬ ਵੱਲੋਂ 5000 ਰੁਪਇਆ ਇਨਾਮ ਹੈ ਜੀ ਮੀਆਂ ਵਕਾਰ ਅਜ਼ੀਮ ਸਾਹਿਬ ਉਹ ਵਿਕਾਸ ਪਾਠ ਸਾਹਿਬ ਆਏ ਹਾਂ ਜੀ ਅਰਜਨ ਭੋਲਾ ਸਾਹਿਬ ਤੁਹਾਡੇ ਵੱਲੋਂ ਵੀ ਜੀ ਹਾਂ ਜੀ ਤੁਹਾਡਾ ਵੀ ਹਜ਼ਾਰ ਕਿੱਥੇ ਵੇ ਅਗਰ ਨੇੜੇ ਕਰੋ ਐਂਡ ਜ਼ਿੰਦਾਬਾਦ ਜੀ ਬਹੁਤ ਅੱਛੇ 2000 ਰੁਪਇਆ ਮੀਆਂ ਵਕਾਰ ਅਜ਼ੀਮ ਸਾਹਿਬ ਆਓ ਜਨਾਬ ਹਾਂ ਜੀ ਅਰਸ਼ਦ ਸਾਹਿਬ ਵੱਲੋਂ 5000 ਰੁਪਇਆ 1000 ਰੁਪਇਆ ਚੌਵੀ ਅਰਸ਼ਦ ਭੋਲਾ ਸਾਹਿਬ ਵੱਲੋਂ ਸ਼ੁਕਰੀਆ ਮਿਹਰਬਾਨੀ ਚੇਅਰਮੈਨ ਸੇਖ ਮੁਹੰਮਦ ਬੂਟਾ ਸਾਹਿਬ ਵੱਲੋਂ 1000 ਰੁਪਇਆ ਇਹ ਫੜ ਬਈ ਤੇਰੀ ਇੰਟਰੀ ਏ ਇਹ ਤੇਰਾ ਪਿਆਰ ਏ ਤਾੜੀ ਮਾਰੋ ਤਾੜੀ ਮਾਰਦੇ ਯਾਰ ਵਿਕਾਸ ਪਾਠ ਵਾਸਤੇ ਮਿਹਰਬਾਨੀ ਸ਼ੁਕਰੀਆ ਜਨਾਬ ਲਾਲਾ ਬਹਿਦੁੱਲਾ ਕਿੱਥੇ ਵੇ ਅੱਲਾ ਦੀ ਕਸਮ 24 ਘੰਟੇ ਨੇ ਕੈਨੇਡਾ ਤੋਂ ਆਏ ਨੂੰ ਲਾਲਾ ਬਹਿਦੁੱਲਾ ਕੰਬੋ ਇੱਕ ਵਾਰੀ ਉਹ ਵੀ ਆਵੇ ਆ ਜਾ ਲਾਲਾ ਆ ਜਾ ਆਓ ਜੀ ਲਾਲਾ ਬਹਿਦੁੱਲਾ ਜੀ ਵਿਕਾਸ ਪਾਠ ਜੀ ਸਾਹਿਬ ਤੇ ਹੋ ਜਾਓ ਲਾਲਾ ਬਹਿਦੁੱਲਾ ਠੀਕ ਹੈ ਇਹ 2000 ਕਿਰੇ ਲਓ ਜੀ ਅੱਛਾ ਚੌਰੀ ਜਵੇਦ ਗੁੱਜਲ ਸਾਹਿਬ ਮਿਹਰਬਾਨੀ ਸ਼ੁਕਰੀਆ ਜੀ ਹਾਂ ਜੀ ਆ ਭਈਆ ਲਾਲਾ ਬਹਿਦੁੱਲਾ ਕੰਬੋ 5000 ਰੁਪਇਆ ਆ ਜੀ ਅਰਸ਼ਦ ਸਾਹਿਬ ਆਪਣੇ ਦਸਤੇ ਮੁਬਾਰਕ ਦੇ ਨਾਲ ਲਾਲਾ ਜੀ ਤੁਸੀਂ ਪਿਆਰ ਕੀਤਾ ਸਾਈ ਰਾਬਰਾ ਦਾ ਸਰਕਾਰ ਦੇ ਸਲਾਨਾ ਹੋਣ ਦੇ ਮੌਕੇ ਤੇ ਬਾਬਾ ਜੀ ਅਰਸ਼ਦ ਸਾਹਿਬ ਦੇ ਹਾਏ ਹਾਏ ਪਿਆਰ ਤੇ ਇਹ 5000 ਇਹ ਫੜ 1000 ਹੋਰ 6-7 ਫੜ ਏਡਾ ਕਿਹੜਾ ਰੌਲਾ ਹਾਂ ਜੀ ਜੀ ਹੈ ਲਾਲਾ ਹਾਏ ਹਾਏ ਮਿਹਰਬਾਨੀ ਸ਼ੁਕਰੀਆ ਮੇਰੀ ਕਿਹੜਾ ਕੋਈ ਸੁਣਦਾ ਮੈਨੂੰ ਨਾ ਪਤਾ ਲੱਗਦਾ ਮੈਂ ਕਿੱਥੇ ਆਇਆ ਤੁਸੀਂ ਕਿੱਥੇ ਆਏ ਹੋ ਇਸ਼ਕਮਾਈ ਵਾਲੀ ਨਹਿਰ ਵਗੇ ਕਈ ਤਰੀਆ ਕਰਮਾ ਵਾਲੜੀਆ ਇੱਕ ਕੋਝੀਆਂ ਵੀ ਲੰਘ ਪਾਰ ਗਈਆਂ ਖੜ ਰੋਂਦੀ ਆ ਸ਼ਕਲਾ ਵਾਲੜੀਆ ਮੈਚ ਸ਼ੁਰੂ ਕਰਾਈਏ ਲਾਈਨ ਅਪ ਹੋ ਜਾਓ ਜੀ ਬਦਲੇ ਅੱਖ ਅਬਦਰਬਾਦ ਰੰਧਾਵਾ ਲਾਈਨ ਅਪ ਕਰੋ ਲਾਈਨ ਅਪ ਇਹ ਵਿੱਚ ਕੱਪੜੇ ਵਾਲੇ ਬੰਦੇ ਭਾਈ ਸ਼ੁਕਰੀਆ ਮਿਹਰਬਾਨੀ ਕਬੱਡੀ ਦੇ ਮੈਦਾਨ ਦੇ ਵਿੱਚ ਪਾਕਿਸਤਾਨ ਦੇ ਸੁਪਰ ਸਟਾਰ ਖਿਡਾਰੀ ਆਪਣਾ ਪਰਫਾਰਮ ਕਰਨ ਵਾਸਤੇ ਵਿੱਚ ਮੈਦਾਨ ਦੇ ਸ਼ੁਕਰੀਆ ਜੀ ਬਾਹਰ ਆਉਣਗੇ ਕਿ ਨਹੀਂ ਭਾਈ ਇਹਨਾਂ ਦੀ ਕੀ ਸਲਾਹ ਆਪਾਂ ਦੀ ਗੱਲ ਹੈ
कपड़े वाले बंदे की लैन किन्नी कु दुनिया बेच है हेलो कपड़े वाले बंदे वाला सरदा करो मैनू कोई नहीं कहना आती मिन्नता करो मेहरबानी जी चलो हूँ फिर तेरा हो तेल पाम ग्रीस चेक करनी है चेक कर लो कोई नेड़े शेख मोहम्मद बुड्ढा चेयरमैन साहब दुनिया कबड्डी के महान कोच हाजी बाबू रशीद चौधरी साहब आ जाओ सर प्लीज उत्ते आ जाओ माशाला जी इस वे अल्लाह ने हज की सादत दिखती है इस वे एंजे लाड़े का अब्बा होता है बजुर्ग आ जाओ जी सारी कौमी के बजुर्ग ने एडा कड़ा रौला है आए हाए पिंडा के लभ लभ जी जी लो मैं मुकरिया पापा जानी मेरे भी लो जी हाँ जी लो जनाब ओए भाई थले बैठ जाओ हेलो थले बह जाओ बह जाओ बह जाओ बह जाओ बह जाओ ए बंदे थले बह जाओ यार हेलो मियां बखार अजीम साहब जनाब अज दे इस कबड्डी दे रूबे रवा जनाब हाजी मोहम्मद अरशद समाज के इसलिए अपनी जेरे निगरानी जनाब पूरा चूना लवा रहे ने बड़ी गल है जी जेबा का ध्यान तुम रखना ऐलान मैं करना सी कर दिता है जी ज्यूरी है ना जी मैन ऑफ द मैच कबड्डर से जापी दोवों कड़ना है वह ने जनाब चौरी अस्त ओला साहब जनाब चेयरमैन शेख मोहम्मद बूटा साहेब हाजी मोहम्मद अरशद समाज के नस लंबरदार इन्ह चवान के फैसले ओए हैलो डंडे मारो यार नहीं नहीं कितने पहले लो जी चार चार जापी करो यार मेहरबानी करके अमजद साहब थले बैजो बैजो यार बैजो प्लीज हमारी बात को पिक करें हम जो कह रहे हैं उसे सुने चौधरी उमर अल्लाह सलीमपुरी साहेब 1000 रुपया आज जनाब दो टीमों मिलन तो बाद हौसला अफजाई ओ भाई हेलो हेलो भाजी किसी साइड से बह जाओ तुम आप ही लो जी पहली कबड्डी पाएगा तजम्मल बाजवा कबड्डी क्लब के वालों रेडर का ना है नौजवान इसलिए लाला जाबर कंबो मनशे गुजर को हल्का जहा टच वजा है और पॉइंट लै गया लाला जाबर कंबो एयरपोर्ट के चार जापी सामने खड़ोते ने कबड्डी पाएगा बलाल मोहसन ढिलो तीन संगे भरा एक लाले वाला छोटा वीर लाला सैफुल्ला कंबो जी चार जाफी चल सोने पा कबड्डी वेखी जाती बनता की है लाले सैफुल्ला कंबो के नाल कौडी खेड है उन्होंने बहादुर की जिन्हें खादिया घ्यो के चूरिया ने टीका ला के जिन्होंने दुध पीते जिन्हें किले से बनिया बूरिया ने एक एक पॉइंट बराबर चौधरी अस्त भोला साहेब अज के साडे मैच के रूए रवा और जनाब ये साडे मैच के मेहमान मौसम कबड्डी पाएगा शाहद ढिलो चौधरी बलाल ढिलो साहब तवज्जो जनाब उधरले पासे बलाल ढिलो ने पाई है इधर शाहद ढिलो कबड्डी पा रहा है सामने अवैस जट शाका जट हल्का जहा होया जट जी पॉइंट जापी का जी नहीं जी उन्होंने टच नहीं पॉइंट दसो जी जापी का पॉइंट जी बहुत अच्छे जी जापी का पॉइंट हाँ जी लो जी कबड्डी कहना पाएगा जी चलो जी कबड्डी पाएगा फिर साकब बलोच अगले बारे से हाईवे बलोचा मोड़ मोहारा हाँ जी शेख मोहम्मद बूटा चेयरमैन साहब के सामला बलोच डाची वाला सही होनी मेरा दिल लै गया कबड्डी के बारे के उपर चाचा जी इसमाइल साहब 2217 फरवरी जो जनवरी जो होंगे मार्च के कबड्डी का मेला इंशाला लगेगा नदीम सज्जाद आओ गया जी बहुत अच्छे तरीके एक नंबर होर अपनी टीम के हिस्से एक पास तीन आ लो जी साढ़े इंग्लैंड तो खेल आने वाला एक गबरू पट्टा का पंजे नंबर का भाई ऐसे सदीक बनता छोटा भाई है विकास आए हाए लगा जी अवैस जट ते आओ लगा वाह जी वाह विकास भट्ट
ਬਕਾਲ ਬਾਟ ਆ ਜਾ ਬਾਈ ਚੌਰੀ ਜਵੇਲ ਗੁਜਰ ਸਾਹਿਬ ਨੂੰ 1000 ਰੁਪਈਆ ਇੱਧਰ ਸਟੇਜ ਤੇ ਜਨਾਬ ਆਸਨ ਗੁਜਰ ਨੇ ਉਹਦਾ ਹੱਥ ਖੜਾ ਕੀਤਾ ਆਪਣੇ ਇਸ ਨੌਜਵਾਨ ਨੂੰ ਦੇਣ ਦੇ ਵਾਸਤੇ ਕਬੱਡੀ ਪਾ ਰਿਹਾ ਬਲਾਲ ਮੋਸਨ ਢਿੱਲੋ ਚੌਰੀ ਅਸਰ ਖੋਲਾ ਸਾਹਿਬ ਤਵੱਜੋ ਜਨਾਬ ਰੇਡਰ ਢਿੱਲੋ ਏ ਜਿਹਨੂੰ ਕੱਲ ਕਹਿੰਦੇ ਕੋਈ ਵੀ ਜੱਪਾ ਨਹੀਂ ਹੋਇਆ ਕੱਲ ਦੀ ਕਬੱਡੀ ਦਾ ਖੂਨ ਖਾਰ ਜਿਹਾ ਇਹ ਕਮੰਡਰ ਜ਼ਾਹਰ ਹੋਇਆ ਮਤਲੂਬ ਦਾ ਵੀਰਾ ਜਨਾਬ ਫਰੂਕ ਲੱਗਾ ਚੌਰੀ ਜਵੇਦ ਗੁਜਰ ਸਾਹਿਬ ਇਹਨੂੰ ਵੀ ਇਨਾਮ ਦੇਣਗੇ ਹਾਜੀ ਸ਼ਬਾਸ ਹਾਜੀ ਅਰਸ਼ਦ ਸਾਹਿਬ ਬੜੀ ਮਿਹਰਬਾਨੀ ਸਮਾਜ ਕੇ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਕਣ ਵਾਲੇ ਉੱਕ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ ਹਾਜੀ ਅਰਸ਼ਦ ਸਾਹਿਬ ਵੱਲੋਂ ਉਧਰਲੇ ਪਾਸੇ ਅਸਦ ਅਸਦ ਬੈਠਣ ਜੋ ਹਾਂਜੀ ਇੱਧਰ ਨਾਲ ਕਰਕੇ ਨਾ ਜੀ ਜਵੇਦ ਸਾਹਿਬ ਜਵੇਦ ਸਾਹਿਬ ਜਵੇਦ ਸਾਹਿਬ ਹਾਂਜੀ ਕੋਈ ਗੱਲ ਨਹੀਂ ਲਓ ਜੀ ਉਧਰਲੇ ਪਾਸੇ ਕਬੱਡੀ ਪੈ ਰਹੀ ਹੈ ਨੌਜਵਾਨ ਦੀ ਲਾਲਾ ਜਾਬਰ ਕੰਬੋ ਮੀਆਂ ਵਕਾਰ ਅਜ਼ੀਮ ਸਾਹਿਬ ਸਰਪ੍ਰਸਤੀ ਵਾਲਾ ਕਬੱਡੀ ਟੂਰਨਾਮੈਂਟ ਜਨਾਬ ਹਾਜੀ ਮੁਹੰਮਦ ਅਰਸ਼ਦ ਸਾਹਿਬ ਐਸੇ ਲਈ ਬੈਠ ਰਹੇ ਨੇ ਸ਼ੁਕਰੀਆ ਮਿਹਰਬਾਨੀ ਹਾਜੀ ਅਰਸ਼ਦ ਸਾਹਿਬ ਹਾਜੀ ਅਰਸ਼ਦ ਇਹ ਕੁਰਸੀ ਲੰਮਿਆ ਤਰਾ ਫਰਵਾਓ ਤੇ ਉੱਤਰ ਮੀਆਂ ਵਕਾਰ ਸਾਹਿਬ ਇਹ ਕੁਰਸੀ ਫੜੋ ਅੱਗੇ ਦਿਓ ਹਾਜੀ ਅਰਸ਼ਦ ਸਾਹਿਬ ਜੀ ਉਹ ਯਾਰ ਕੀ ਹੋਇਆ ਮਿਹਰਬਾਨੀ ਸ਼ੁਕਰੀਆ ਜੀ ਆਏ ਹਾਏ ਐਨ ਇਸ਼ਕ ਮਾਹੀ ਵਾਲੀ ਲਹਿਰ ਵਗੇ ਕਈ ਦਰਿਆ ਕਰਮਾ ਵਾਲੜੀਆਂ ਇੱਕ ਕੋਝੀਆਂ ਵੀ ਲੰਘ ਪਾਰ ਗਈਆਂ ਖਰ ਰੋਂਦੀਆਂ ਸ਼ਕਲਾਂ ਵਾਲੜੀਆਂ ਇੱਕ ਸੋਹਣੀਆਂ ਦੇ ਮੱਥੇ ਪਾਲ ਨਾਹੀ ਬਾਹਰੋਂ ਲਾਲ ਦੇ ਅੰਦਰੋਂ ਕਾਲੜੀਆਂ ਗੁਲਾਮ ਫਰੀਦ ਅੱਲਾ ਕਰਮ ਕਰੇ ਐ ਭਵਾਲੀਆਂ ਦੇ ਮੱਥੇ ਲਾਲੜੀਆਂ ਐ ਭਵਾਲੀਆਂ ਦੇ ਮੱਥੇ ਲਾਲੜੀਆਂ ਅੱਛਾ ਗੱਲ ਸੁਣੋ ਡਾਕਟਰ ਅਰਸ਼ਦ ਸਾਹਿਬ ਇਸੇ ਪੁਆਇੰਟ ਤੇ ਸ਼ਾਮ ਪਾ ਲਓ ਕੀ ਹੋਇਆ ਜੀ ਪੁਆਇੰਟ ਜਿਵੇਂ ਆਈ ਕਮੰਡਰ ਦਾ ਹੀ ਜਿਹੜਾ ਪਿਛਲਾ ਸੀ ਅੱਛਾ ਜੀ ਪੁਆਇੰਟ ਕਮੰਡਰ ਦਾ ਜੀ ਬਿਲਕੁਲ ਜੀ ਲਓ ਜੀ ਕਬੱਡੀ ਪਾਏਗਾ ਫਿਰ ਨੌਜਵਾਨ ਜਾਬਰ ਕੰਬੋ ਚੱਕਰ ਮੇਰੀ ਕਾਲੀ ਚੰਗਦੇ ਇਸ ਲਈ ਅਗਲੇ ਵਾਰੇ ਤੇ ਆਓ ਜਾਂਦਾ ਜਨਾਬ ਅਵੈਸ ਚੱਕ ਨੂੰ ਹਲਕਾ ਜਿਹਾ ਹੋਇਆ ਟੱਚ ਲੈ ਗਿਆ ਪੁਆਇੰਟ ਕਬੱਡੀ ਸੱਤ ਇੱਧਰ ਆ ਬਾਈ ਇੱਧਰ ਆ ਜਾਬਰ ਇੱਧਰ ਆ ਜਾ ਚੌਧਰੀ ਜਵੇਦ ਗੁਜਰ ਸਾਹਿਬ ਦਸਤਾਨਾ ਬੈਠੀ ਜਨਾਬ ਫੈਸਲਾਬਾਦ ਤੋਂ ਤਸ਼ਰੀਫ ਲਿਆਏ ਨੇ ਇੰਤਹਾਈ ਸ਼ੁਕਰੀਆ ਕਿਹੜੇ ਮੇਲੇ ਤੇ ਵੀ ਜਾਂਦੇ ਨੇ ਘੁੰਮਾ ਪਾਉਣ ਵਾਲੀ ਗੱਲ ਏ ਹਰ ਪਲੇਅਰ ਦੀ ਭਰਪੂਰ ਹੌਸਲਾ ਅਫਜ਼ਾਈ ਓਹੋ ਖਲੋਜੋ ਇੰਤਹਾਈ ਮਸ਼ਹੂਰ ਮਨੂਰ ਜਨਾਬ ਉਹਨਾਂ ਦਾ ਉਹਨਾਂ ਦੇ ਸਜਣਾ ਬੇਲੀਆਂ ਦਾ ਕਬੱਡੀ ਪਾਏਗਾ ਸ਼ਾਦਾ ਢਿੱਲੋ ਮਨਸ਼ਾ ਗੁਜਰ ਮਿਹਰਬਾਨੀ ਜਨਾਬ ਚੌਧਰੀ ਬਾਬਰ ਸੁਲਤਾਨ ਗੁਜਰ ਸਾਹਿਬ ਚੌਧਰੀ ਅਰਸ਼ਦ ਭੋਲਾ ਸਾਹਿਬ ਦੇ ਅੱਛੇ ਇਨਾਮ ਤੇ ਅੱਗੇ ਵੀ 1000 ਰੁਪਈਆ ਇੱਕ ਵਾਰੀ ਫਿਰ 1000 ਚਾਰ ਢਿੱਲੋ ਆ ਜਾ ਬਈ ਆ ਜਾ ਮੈਂ ਤੈਨੂੰ ਦੱਸਿਆ ਚੌਧਰੀ ਜਵੇਦ ਗੁਜਰ ਸਾਹਿਬ ਤੁਹਾਨੂੰ ਵਾਕਫੀਤ ਘੱਟ ਏ ਹਾਂਜੀ ਅਬਦੁਲ ਰਹੂਫ ਸਾਹਿਬ ਉਹ 500 ਪੜਿਆ ਇੱਥੇ ਹੁਣ ਮੈਂ ਕਿਵੇਂ ਆਵਾਂ ਤੁਸੀਂ ਕਿਵੇਂ ਆਵਾਂ ਬਸ ਜਦਾਈਆਂ ਪੈ ਗਈਆਂ ਹਾਂਜੀ ਆ ਬਈ ਬਲਾਲ ਮੋਸਨ ਢਿੱਲੋ ਆ ਜਾਏ ਸ਼ਾਦਾ ਢਿੱਲੋ ਹੀ ਆ ਜਾਏ ਏਡਾ ਕਿਹੜਾ ਰੌਲਾ ਹੈ ਬਾਬਾ ਯਸ਼ਰਫ ਸਾਹਿਬ ਇੰਤਹਾਈ ਸ਼ੁਕਰੀਆ ਮਿਹਰਬਾਨੀ ਜੀ ਕਬੱਡੀ ਪਾਏਗਾ ਵਿਕਾਸ ਭੱਟ ਚੱਲ ਸੋਹਣੇ ਮਿਹਰਬਾਨੀ ਜਨਾਬ ਅਬਦੁਲ ਰਹੂ ਪਹਿਲਵਾਨ ਜੀ 290 ਇਨਸ਼ਾਲਾ 11-12 ਨੂੰ ਇੱਧਰ ਬਲਾਲ ਢਿੱਲੋ ਉਧਰੋ ਹਾਜੀ ਅਰਸ਼ਦ ਸਾਹਿਬ ਵੱਲੋਂ ਜੀ ਹਾਏ 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 ਮੈਂ ਕਹਿੰਦਾ ਸਮਝਾ ਹੋ ਗਈ ਇੱਥੇ ਆ ਕੇ ਜੀ ਖਲੋਜੋ ਜੀ ਖਲੋਜੋ 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 ਡਬਲ ਟੱਚ ਜੀ ਜੀ ਲਓ ਜੀ ਇਹ ਫੜਾਓ ਜੀ ਮਿਹਰਬਾਨੀ ਸ਼ੁਕਰੀਆ ਜਨਾਬ ਸਾਡੇ ਵੀਰ ਵਿਕਾਸ ਪਾਟਾਓ ਜੀ
ਹਾਂ ਜੀ ਦਰਬਾਰ ਸ਼ਰੀਫ ਵੱਲੋਂ ਜਨਾਬ 1000 ਰੁਪਈਆ ਉਤਲਬ ਲਾਈ ਸ਼ੁਕਰੀਆ ਮਿਹਰਬਾਨੀ ਜਨਾਬ ਬਾਬਾ ਯਸ਼ਵ ਸਾਹਿਬ ਸਾਰੀ ਰੱਬ ਰੱਖਾ ਸਰਕਾਰ ਦੇ ਸਥਾਨ ਆਉਣ ਦੇ ਮੌਕੇ ਤੇ ਖੁਸ਼ੀ ਮਹਿਸੂਸ ਕਰਦੇ ਹੋਇਆ 1000 ਰੁਪਈਆ ਉਤਲਬ ਲਾਈ ਬਰਾਏ ਅਨਾਊਂਸਰ ਸ਼ੁਕਰੀਆ ਮਿਹਰਬਾਨੀ ਲਓ ਜੀ ਕਬੱਡੀ ਅਜੇ ਯਾਰ ਨੌਕਰੀ ਬੜੀ ਹੈ ਮੈਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਯਾਰ ਕੀ ਬਣ ਗਿਆ ਇਹ ਫੜੋ ਜੀ ਹਾਂਜੀ ਮੁਸਤਫਾ ਸਾਹਿਬ ਫੜੀ ਜਾਓ ਹੁਣ ਤੁਹਾਡਾ ਕੰਮ ਹੈ ਫੜੀ ਜਾਣਾ ਅਜੇ ਸਟੇਜ ਕਾਫੀ ਰਹਿੰਦਾ ਉੱਧਰ ਇੰਜੀ ਹੋਣਾ ਇੱਧਰ ਹਾਲਾਤ ਠੀਕ ਹੋ ਰਹੇ ਯਾਰ ਕੀ ਕਰਨ ਦਾ ਉਹ ਯਾਰ ਰੈਫਰੀ ਦਾ ਫੈਸਲਾ ਫ੍ਰੀ ਹੈ ਮਿਹਰਬਾਨੀ ਕਰੋ ਉਹ ਧਿਆਨ ਕਰੋ ਜਨਾਬ ਅਬਦੁਲ ਖਾਲਕ ਟੋਨੀ ਸਾਹਿਬ ਯਾਰ ਮਿਹਰਬਾਨੀ ਕਰੋ ਉਹ ਤੁਹਾਡੀ ਮਿਹਰਬਾਨੀ ਹੈ ਤੁਹਾਡਾ ਖੁਦਾ ਦਾ ਨਾਂ ਜੇ ਹਾਂਜੀ ਉਹ ਸ਼ਾਕਣ ਵੀਰ ਉਹ ਕੋ ਵੱਡਾ ਦਿਲ ਕਰੋ ਯਾਰ ਕੌਡੀ ਜਾਰੀ ਕਰੋ ਲਓ ਜੀ ਡਾਕਟਰ ਅਰਸ਼ਦ ਸਾਹਿਬ ਨੇ ਸਿਰ 'ਤੇ ਹੱਥ ਫੇਰਿਆ ਜਿਵੇਂ ਵੱਡੀ ਧੀ ਨੂੰ ਰਾਜੀ ਕਰਨ ਲਿਆ ਹਾਂਜੀ ਹਰ ਬੰਦੇ ਨੂੰ ਚੱਲ ਪੁੱਤਰਾ ਹੋਸ਼ ਕਰ ਇਹ ਬੜੀ ਗੱਲ ਹੈ ਜੀ ਜੀ ਬਦਲਿਆ ਕੋਈ ਧਿਆਨ ਕਰ ਹਾਂਜੀ ਮਿਹਰਬਾਨੀ ਧੋਨੀ ਪਾਕਿਸਤਾਨ ਵਾਪਸ ਡਾਲੋ ਹਾਏ ਹਾਏ ਮਿਹਰਬਾਨੀ ਅਬਦੁਲ ਖਾਲਕ ਟੋਨੀ ਸਾਹਿਬ 290 ਇਨਸ਼ਾਅੱਲਾ 11-12 ਅਕਤੂਬਰ ਵੱਡਾ ਜੋੜ ਹੋਏਗਾ ਜੀ ਰੇਡਰ ਦਾ ਨਾਂ ਜਨਾਬ ਇਸ ਵੇਲੇ ਫਿਰ ਸਾਕਬ ਬਲੋਚ ਇੱਕ ਮਨਜ਼ੂਰ ਮੰਨੂ ਬਲੋਚ ਹੋਇਆ ਇੱਕ ਸਾਕ ਬਲੋਚ ਲਓ ਲਾਲਾ ਸਾਹਿਬ ਉੱਲਾ ਕੰਬੋ ਬੜੀ ਸੋਹਣੀ ਖੁੱਚ ਬਣੀ ਹੈ ਗਿੱਟਾ ਚੁੱਕਣ ਦੀ ਕੋਸ਼ਿਸ਼ ਪਰ ਸਾਹਮਣੇ ਹੋ ਗਿਆ ਜੀ ਲੈ ਗਿਆ ਸਾਕ ਬਲੋਚ ਬਲੋਚਾ ਤੂੰ ਇੱਕ ਵਾਰੀ ਨਹੀਂ ਆਇਆ ਹਜੇ ਤੱਕ ਇੱਕ ਵਾਰੀ ਮੇਰੇ ਘਰ ਗਿਆ ਚੌਰੀ ਜਵੇਦ ਗੁਜਰ ਸਾਹਿਬ ਆਏ ਆ ਜਾ ਮਿਹਰਬਾਨੀ ਸ਼ੁਕਰੀਆ ਜੀ ਕਬੱਡੀ ਫਾਈਨਲ ਦਾ ਨੌਜਵਾਨ ਇਸ ਵੇਲੇ ਅੱਗੇ ਵੱਲ ਵੱਧ ਕੇ ਰੇਡਰ ਦਾ ਨਾਮ ਲਾਲਾ ਜਾਬਰ ਕੰਬੋ ਜੀ ਮਿਹਰਬਾਨੀ ਹਾਜੀ ਮੁਹੰਮਦ ਅਰਸ਼ਦ ਸਮਾਜ ਕੇ ਉਹ ਅਵੈਸ ਭਾਈ ਕੀ ਬਾਤ ਹੈ ਸ਼ੇਰ ਦਲੇਰ ਸਾਡੇ ਪੀਂਦੇ ਦੁੱਧ ਮਲਾਈਆਂ ਦੇ ਰੱਜਦੇ ਨੇ ਬਿਜਲੀ ਵਾਂਗ ਮੈਦਾਨ ਦੇ ਵਿੱਚ ਗੱਜਣ ਜਿਵੇਂ ਤੀਰ ਨਿਸ਼ਾਨੇ ਚ ਵੱਜਦੇ ਨੇ ਬਲਾਲ ਮੋਸਲ ਢਿੱਲੋ ਆਪਣਾ ਬਦਲ ਧਿਆਨ ਕਰੋ ਇਸ ਵੇਲੇ ਲਓ ਜੀ ਮਨਸ਼ਾ ਗੁਜਰ ਨੌਜਵਾਨ ਹਾਜੀ ਬਾਉਰ ਸ਼ੀਤ ਚੌਧਰੀ ਸਾਹਿਬ ਵੇਖਣਾ ਮੁੰਡੇ ਦਾ ਸੱਕ ਬਲੋਈ ਦਾ ਟੱਚ ਅੰਦਾਜ਼ ਵੇਖਣਾ ਬਹੁਤ ਸੋਹਣਾ ਲਓ ਜੀ ਸਾਹਮਣੇ ਮੁਕਾਬਲਾ ਸਖਤ ਮੈਨੂੰ ਲੱਗਦਾ ਲੈ ਗਿਆ ਪੁਆਇੰਟ ਚੌਧਰੀ ਬਾਬਰ ਸੁਲਤਾਨ ਗੁੱਜਰ ਜ਼ਮੁਰਦ ਰਾਈਸ ਮਿਲ 13-11 ਤਸੀ ਚੀਚਾ ਬਤਰੀ ਜ਼ਿਲ੍ਹਾ ਸਾਹੀਵਾਲ ਵਿਕਾਸ ਭੱਟ ਦਾ ਤਵਾ ਬੋਲਿਆ ਪਿੰਡ ਸੰਤੂ ਹਾਂਜੀ ਤਿੰਨ ਕੌਡੀਆਂ ਕੱਚੀਆਂ ਨਿਕਲੇ 1000 ਰੁਪਈਆ ਚੋਰੀ ਅਰਜਨ ਭੋਲਾ ਸਾਹਿਬ ਨੇ ਇਨਾਮ ਦੇ ਤੌਰ ਤੇ ਦਿੱਤਾ ਜੀ ਹਾਂਜੀ ਹੋ ਗਿਆ ਜੀ ਲਾਗੋ ਹੀ ਨਿਕਲ ਗਿਆ ਮੁੰਡਾ ਕੋਈ ਗੱਲ ਨਹੀਂ ਵਾਧੇ ਖਰਚੇ ਹੋ ਜਾਂਦੇ ਇੱਧਰ ਆ ਕੋਈ ਨਹੀਂ ਤੁਸੀਂ ਇੱਕ ਮਹਿਕਮੇ ਦੇ ਅੱਜ ਮੈਨੂੰ ਪਤਾ ਕਿ ਘੋੜੇ ਦੌੜਦੇ ਨੇ ਆਪਣੀਆਂ ਸ਼ਰਮਾਂ ਨੂੰ ਨਾਸਲ ਲੰਬੜਦਾਰ ਸਾਡਾ ਰੈਫ ਆਪਣਾ ਅੱਜ ਦੇ ਪੁਆਇੰਟ ਨਿਕਲਣ ਵਾਲਾ ਵੀਰ ਸਾਡੇ ਜਿਹੜੇ ਡਰਾਊਨ ਕੈਮਰੇ ਵਾਲੇ ਨੇ ਉਹਨਾਂ ਦਾ ਵੀ ਸ਼ੁਕਰੀਆ ਮਿਹਰਬਾਨੀ ਹਾਂਜੀ ਹਾਂਜੀ ਅਰਸ਼ਦ ਸਾਹਿਬ ਵੱਲੋਂ 500 ਰੁਪਈਆ ਜਵੇਦ ਗੁਜਰ ਸਾਹਿਬ ਨੂੰ 1000 ਰੁਪਈਆ ਬਲਾਲ ਮੋਸਲ ਬਲਾਲ ਉਧਰਲੇ ਪਾਸੋਂ ਪਿੱਛੇ ਵੇਖ ਕੇ ਬਾਈ ਉਧਰ
ਸਾਜੇ ਨੂੰ 517 ਸੱਟ ਲੱਗੀ ਸੀ ਚਾਚਾ ਇਸ ਮੈਂ ਸਭ ਤੋਂ ਕਰਨੀ ਹੈ ਤੇ ਉਹਨੇ ਕਹਿੰਦਾ ਪੰਜਾਬ ਜਾਂ ਬਦਲੇ ਲੈ ਆਓ ਕੀ ਆ ਰਹੀ ਇੱਕ ਤਜਰਬਾ ਜਵਾਨੀ ਤਜਰਬਾ ਬਹੁਤ ਅੱਛੇ ਜਾਬਰ ਸਟੇਜ ਤੇ ਆਉਣਾ ਵੀਰੇ ਕਬੱਡੀ ਫਿਰ ਪਾਏਗਾ ਨੌਜਵਾਨ ਸਾਕਬ ਬਲੋਚ ਸ਼ਾਮ ਦਾ ਟਾਈਮ ਹੈ ਅੱਲਾ ਹਰ ਦੁਨੀਆਂ ਦੇ ਹਰ ਬੰਦੇ ਨੂੰ ਦੁੱਖ ਤੋਂ ਬਚਾਏ ਸਭ ਪੇਟ ਤੋਂ ਬਚਾਏ ਨੌਜਵਾਨਾਂ ਨੂੰ ਸਾਕਬ ਬਲੋਚ ਤੇ ਮਤਲੂਬ ਵਾਲੀ ਮਤਲੂਬਾ ਆ ਤੇਰੇ ਸਦਕੇ ਆਓ ਆ ਗਿਆ ਬਾਈ ਲੈ ਆ ਪੁਆਇੰਟ ਅੱਜ ਕਬੱਡੀ ਸ਼ਾਨ ਪੰਜਾਬੀਆਂ ਦੇ ਫੇਸਬੁੱਕ ਪੇਜ ਤੇ ਲਾਈਵ ਕਬੱਡੀ ਦਾ ਮੈਚ ਚੱਲ ਰਿਹਾ ਹੈ ਇਹ ਸਾਕਬ ਸਾਕਬ ਕਿਆ ਬਾਤ ਹੈ ਮੀਆਂ ਵਕਾਰ ਅਜੀਤ ਸਾਹਿਬ ਚੌਧਰੀ ਸੁਹੇਲ ਸਾਹਿਬ ਜਨਾਬ ਬੈਠੇ ਨੇ ਸ਼ਾਹਦ ਢਿੱਲੋਰ ਕਿੱਥੇ ਗਿਆ ਅਗਾਂਹ ਭਾਜਾਂ ਨੇ ਹਾਂਜੀ ਸੇਰ ਮੁਹੰਮਦ ਬੂਟਾ ਚੇਅਰਮੈਨ ਸਾਹਿਬ ਯਕੀਨ ਕਰੋ ਪਰ ਅੱਜ ਇੰਜ ਦੀਆਂ ਘੁੰਡੀਆਂ ਹੁੰਦੀਆਂ ਨੇ ਜਿਹੜੇ ਜਾਫੀ ਕੋਲੋਂ ਨਿਕਲਿਆ ਇੰਜ ਵੀ ਲੋਕੀ ਪਰੇਸ਼ਾਨੀ ਕਰਦੇ ਨੇ ਇੱਧਰ ਬਲਾਲ ਇੱਧਰ ਆ ਸਾਰੀ ਬਾਬਰ ਸੁਲਤਾਨ ਗੁਜਰ ਸਾਹਿਬ ਤੂੰ ਪੁੱਤਰਾ ਨਿਕਲੇ ਹੀ ਇੰਜ ਆਹ ਵੇ ਭਾਈ ਵਿਕਾਸ ਭੱਟ ਮੈਨੂੰ ਲੱਗਦਾ ਤਿੰਨ ਜਪਿਆਂ ਦਾ 1000 ਰੁਪਈਆ ਵੀ ਫੜ ਏਡਾ ਕਿਹੜਾ ਰੌਲਾ ਕੋਈ ਅਸਲ ਭੋਲਾ ਸਾਹਿਬ ਨੂੰ ਲੈ ਕਬੱਡੀ ਪਾ ਰਿਹਾ ਸਾਕ ਫਲੋਚ ਚਾਚਾ ਇਸਮਾਇਲ ਸਾਹਿਬ ਨੂੰ ਫੜੇ ਇੱਧਰ ਨੇ ਪਾਸੋਂ ਇੱਧਰ ਆ ਬਈ ਜਿਹੜੇ ਵੀ ਪੰਗੇ ਰੰਗ ਵਾਲੇ ਕਿੱਥੇ ਆ ਜਾ ਕਿੰਨੇ ਹੀ ਭਾਈ ਨੇ 3-4 ਦੇ ਪ੍ਰੂਫ ਕੋਈ ਗੱਲ ਨਹੀਂ ਆ ਜਾ ਸਾਨੂੰ ਸਾਰੇ ਹੀ ਅਸੀਂ ਤੁਹਾਨੂੰ ਸਾਰਿਆਂ ਨੂੰ ਚੌਧਰੀ ਨਦੀਮ ਗੁੱਜਰ ਸਾਹਿਬ ਸ਼ੁਕਰੀਆ ਮਿਹਰਬਾਨੀ 475 ਕਿੱਦਣ ਪੀੜੀ ਤੋਂ ਸ਼ੁਕਰੀਆ ਜੀ ਆਏ ਹਾਏ ਸ਼ਾਦਾ ਢਿੱਲੋ ਆਓ ਗਿਆ ਸ਼ਾਦਾ ਢਿੱਲੋ ਲੈ ਗਿਆ ਪੁਆਇੰਟ ਜੀ ਬਹੁਤ ਅੱਛੇ ਢਿੱਲੋ ਆ ਜਾ ਮਿਹਰਬਾਨੀ ਸ਼ੁਕਰੀਆ ਜਨਾਬ ਸਾਡੇ ਸਟੇਜ ਦੇ ਚੌਧਰੀ ਉਮਰ ਉੱਲਾ ਸ਼ਰੀਫ ਗੁਰੀ ਸਾਹਿਬ ਸ਼ੁਕਰੀਆ ਮਿਹਰਬਾਨੀ ਅੱਛਾ ਜੀ ਹਾਂ ਜੀ ਉਹ ਤਾੜੀ ਮਾਰੋ ਯਾਰ ਤਾੜੀ ਏਡਾ ਵੱਡਾ ਜੱਪਾ ਜਨਾਬ ਮਤਲੂਬ ਵਾਲੀ ਮਤਲੂਬਾ ਇੱਧਰ ਆਈ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਸ ਬਾਈ ਮਤਲੂਬ ਆ ਜਾ ਬਾਈ ਆ ਜਾ 1000 ਰੁਪਈਆ ਚੌਲੀ ਜਵੇਦ ਗੁਜਰ ਸਾਹਿਬ ਵੱਲੋਂ ਬਹੁਤ ਅੱਛੇ ਜੀ ਦਸਤਾਨਾ ਫੈਕਟਰੀ ਵਾਲੇ ਫੈਸਲਾਬਾਦ ਤੋਂ ਹਾਜੀ ਮੁਹੰਮਦ ਅਰਸ਼ਦ ਸਾਹਿਬ ਸਵਾਜ ਕੇ ਸ਼ੁਕਰੀਆ ਮਿਹਰਬਾਨੀ ਔਰ ਜਨਾਬ ਸਾਜਨ ਪਹਿਲਵਾਨ ਰੇਲਵੇ 290 ਉਸਤਾਦ ਅਬਦੁਲ ਖਾਲਕ ਕੋਨੀ ਸ਼ੁਕਰੀਆ ਨਾਸਰ ਲੰਬੜਦਾਰ ਸ਼ੁਕਰੀਆ ਹਾਜੀ ਅਰਸ਼ਦ ਸਾਹਿਬ ਸ਼ੁਕਰੀਆ ਆਪਣੇ ਕੀ ਚੀਜ਼ ਬਣਾਏ ਨੇ ਵੱਡੇ ਵੱਡੇ ਧਾਵੀ ਇਹਨਾਂ ਨੇ ਖੂੰਜੇ ਲਾਏ ਨੇ ਤਾੜੀ ਮਾਰੋ ਤਾੜੀ ਮਾਰੋ ਜਨਾਬ ਤੇ ਪਾਣੀ ਆਏ ਹਾਏ ਐਵੇਂ ਪਾਣੀ ਇੱਕ
ਨਾਲ ਇਧਰੋਂ 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 ਫੜ ਇਹ ਫੜ ਫੜੀ ਚੱਲ ਲੈ ਕੇ ਨਿਕਲ ਜਾ ਚੱਲਣਾ ਬੱਜੀ ਕੋਈ ਰੋਲ ਹੀ ਨਹੀਂ ਆਏ ਹਾਏ ਮੀਆਂ ਔਰੰਗਜ਼ੇਬ ਸਾਹਿਬ ਸਾਡੇ ਫਰੰਟ ਲਾਈਨ ਤੇ ਬੈਠੇ ਵੀਰ ਲੋਕਾਂ ਨੇ ਵੇਖੋ ਕੀ ਫੜ ਕੇ ਗਿਆ ਜੱਪੀ ਜੱਪੀ ਹੋ ਗਿਆ ਕੰਮ ਕਿਉਂਕਿ ਬਾਬਰ ਸੁਲਤਾਨ ਸਾਹਿਬ ਅਖੀਰ ਹੋ ਗਈ ਹਾਂਜੀ ਇੱਥੇ ਅੱਜ ਕੋਈ ਬੰਦਾ ਨਹੀਂ ਜਾਣਾ ਬਾਬਾ ਯਸ਼ਰਫ ਸਾਹਿਬ ਹਰ ਬੰਦਾ ਇੱਥੇ ਮੰਨਣ ਵਾਲਾ ਹਰ ਬੰਦੇ ਨੂੰ ਜੱਪੇ ਹੋਏ ਇੱਕ ਬੰਦਾ ਸਹੀ ਹੈ ਵਾਹ ਜੀ ਵਾਹ ਕਿਆ ਬਾਤ ਹੈ ਜੀ ਨਦੀਮ ਤੂੰ ਨਾਮੇ ਕੌਡੀ ਨਾਲ ਜਾਤੀ ਆ ਜਾ ਇੱਧਰ ਆ ਸ਼ਾਦਾ ਢਿੱਲੂ ਦੇ ਸ਼ਾਖਾ ਜੱਜ ਚੱਲ ਭਾਈ ਆ ਗਿਆ 15 ਬਿਜਲੀ ਲਾਲੇ ਨੇ ਕਿਹਾ ਬਾਈ ਕੌਡੀ ਜਾਰੀ ਰੱਖੋ ਕੌਡੀ ਪਾਏਗਾ ਫਿਰ ਮੁਹੰਮਦ ਵਿਕਾਸ ਭੱਟ ਚੱਲ ਸੋਹਣਿਆ ਮਲਕ ਮਨਜ਼ੂਰ ਸਮਾਜ ਕੇ ਮੁਹੰਮਦ ਰਊਫ ਸਮਾਜ ਕੇ ਮੋਸਰਾਲੀ ਸਮਾਜ ਕੇ ਨਵੀਨ ਬੜੀ ਦੂਰੀ ਹੈ ਨਵੀਨ ਜੀ ਕਬੱਡੀ ਪਾ ਰਿਹਾ ਫਿਰ ਮੁਹੰਮਦ ਵਿਕਾਸ ਭੱਟ ਸਾਹਮਣੇ ਪਾਕਿਸਤਾਨ ਦੇ ਵੱਡੇ ਜਾਫੀਆਂ ਦੇ ਨਾਂ ਨੇ ਸ਼ਾਖਾ ਜੱਟ ਮਨਸ਼ਾ ਗੁੱਜਰ ਇੱਧਰ ਛੋਟਾ ਜਿਹਾ ਮੁੰਡਾ ਕਹਿੰਦੇ ਲੱਗਾ ਪਰ ਵਿਕਾਸ ਭੱਟ ਸਦੀਕ ਭੱਟ ਸਦੀਕ ਭੱਟ ਨਹੀਂ ਭੱਟ ਉਹਨਾਂ ਦਾ ਛੋਟਾ ਭਾਈ ਮੁਹੰਮਦ ਵਿਕਾਸ ਭੱਟ ਆਹ ਲੈ ਗਿਆ ਪੁਆਇੰਟ ਜੀ ਹਾਂਜੀ ਪੁਆਇੰਟ ਬਦਲ ਗਈ ਕਿਉਂਕਿ ਜਾਫੀ ਪਹਿਲਾਂ ਹੀ ਰਾਜ ਗ੍ਰਾਸ ਕਰ ਗਿਆ ਸੀ ਕੋਈ ਗੱਲ ਨਹੀਂ ਜਿਹਨਾਂ ਨੂੰ ਕੌਡੀ ਨਾਲ ਪਿਆਰ ਹੈ ਕਸਮ ਲੱਗੇ ਜਿਹੜਾ ਤਾੜੀ ਨਾ ਮਾਰੇ ਫਿਰ ਚੁਕਾ ਕੇ ਤਾੜੀ ਏਡਾ ਮਜ਼ਾ ਆ ਰਿਹਾ ਵਾਹ ਵਾਹ ਚੱਲ ਸੁਣਿਆ ਸੇਠ ਮੁਹੰਮਦ ਕੂਟਾ ਚੇਅਰਮੈਨ ਸਾਹਿਬ ਵੱਲੋਂ ਇਸ ਨੌਜਵਾਨ ਦੀ ਹੌਸਲਾ ਅਫਜ਼ਾਈ ਚੱਕਰ ਨੰਬਰ 298 ਦੀ ਮਾਰੂਫ ਸਿਆਸੀ ਸਮਾਜੀ ਸ਼ਖਸੀਅਤ ਹਾਜੀ ਅਰਸ਼ਦ ਸਾਹਿਬ ਸਮਾਜ ਕੇ ਬਲਾਲ ਮੋਸਨ ਢਿੱਲੋ ਇੱਕ ਕੌਡੀ ਹੋ ਗਈ ਦੋ ਰਹਿ ਗਈਆਂ ਚੌਰੀ ਇਮਰਾਨ ਢਿੱਲੋ ਸਾਹਿਬ ਇਹ 223 ਵਾਲੇ ਕੌਡੀ ਵਾਲੇ ਉਹਨਾਂ ਵੱਲੋਂ ਲਾਉਣੇ ਬਲਾਲ ਢਿੱਲੋ ਤਿੰਨ ਇਕੱਠੀਆਂ ਕੌਡੀਆਂ ਦੱਸੇ 1000 ਰੁਪਈਆ ਦਿੱਤਾ ਜਾਵੇਗਾ ਕਮਾਂਡਰ ਦਾ ਨਾਂ ਫਿਰ ਸ਼ਾਹਦਾ ਢਿੱਲੋ ਕਿੰਨੀਆਂ ਨੂੰ ਦੱਸ ਕੇ ਗੁੱਸਾ ਆ ਗਿਆ ਕਰਨੀ ਅੱਲਾ ਜਾਣਦਾ ਮੇਰੇ ਤੋਂ ਟੀਕਾ ਜਿਹਾ ਹੋ ਗਿਆ ਨਾ ਬਿਜਲੀ ਗਈ ਜੀ ਭਾਈ ਖਾਲਸ ਸਾਹਿਬ ਕਿਆ ਬਾਤ ਹੈ ਉਧਰਲੇ ਪਾਸੇ ਬਿਜਲੀ ਰੇਡ ਦੇ ਉੱਪਰ ਜੀ ਚਾਚਾ ਇਸਮਾਇਲ ਸਾਹਿਬ ਸਾਡੇ ਬਜ਼ੁਰਗ ਜਨਾਬ ਇਹ 517 ਦੀ ਧਰਤੀ ਚੌਰੀ ਹਨੀਫ ਅੰਜਮ ਸਾਹਿਬ ਮੁੰਡਾ ਵੇਖੋ ਕੀ ਬਣੇਗਾ ਇੱਕ ਵੇਲੇ ਖੱਬੀ ਕਨੀ ਕਿਤੇ ਸੱਜੀ ਕਨੀ ਦੇ ਆਓ ਗਿਆ ਜੀ ਆਓ ਗਿਆ ਹਾਂਜੀ ਲੈ ਗਿਆ ਪੁਆਇੰਟ ਕਬੱਡੀ ਪਾਏਗਾ ਫਿਰ ਇਸ ਨੇ ਅੱਗੇ ਵੱਲ ਵੱਧ ਕੇ ਨੌਜਵਾਨ ਰੇਡਰ ਦਾ ਨਾਂ ਸਾਕ ਫਲੋਚ ਸਰਗੋਦੇ ਦੀ ਧਰਤੀ ਜੀ ਮਿਹਰਬਾਨੀ ਜਨਾਬ ਚੌਰੀ ਉਮਰਲਾ ਸਲੀਮ ਪੁਰੀ ਸਾਹਿਬ ਅੱਗੇ 20,000 ਰੁਪਈਆ ਇੱਕ ਵਾਰੀ ਫਿਰ 1000 ਰੁਪਈਆ ਪਬਲਿਕ 2000 ਰੁਪਈਆ ਉਤਰ ਸਹੀ ਸ਼ੁਕਰੀਆ ਮਿਹਰਬਾਨੀ ਸਾਕ ਫਲੋਚ ਲੈ ਗਿਆ ਪੁਆਇੰਟ ਜ਼ਿੰਦਾਬਾਦ ਜੀ ਇੱਧਰ ਕਬੱਡੀ ਫਿਰ ਮੁਹੰਮਦ ਵਿਕਾਸ ਭੱਟ ਕੇ ਦਾ ਸਾਹਮਣੇ ਲਿਆਓ ਸੇਠ ਮੁਹੰਮਦ ਬੂਟਾ ਚੇਅਰਮੈਨ UC 291 ਇੰਤਹਾਈ ਸ਼ੁਕਰੀਆ ਸੇਠ ਸਾਹਿਬ ਕਿਆ ਬਾਤ ਹੈ ਇੱਧਰਲੇ ਪਾਸੇ ਕਬੱਡੀ ਪਾ ਰਿਹਾ ਨੌਜਵਾਨ ਵੇਖੀ ਜਾਂਦੀ ਜੀ ਡਮਰੇ ਵਾਂਗ ਫੁਰਤੀਲੇ ਜਵਾਨ ਸਕੂਲ ਹੋਏ ਆਇਓ ਗੁਜਰਾ ਗੁਜਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨੇ ਕਿਹਾ ਮੈਂ ਨਿਕਲ ਗਿਆ ਹੌਲੀ ਹੌਲੀ ਆ ਜਾ ਬਾਈ ਇੱਧਰ ਆ ਇੱਧਰ
ਓਏ ਹੋਏ ਨਵੀਂ ਮਨਸ਼ਿਆ ਪੂਰਾ ਫੜਿਆ ਫੜਿਆ ਇਹ ਕਰੀ ਤੈਨੂੰ ਇੱਥੇ ਤੈਨੂੰ ਪਤਾ ਗੁਜਰ ਕਿੰਨੇ ਫਾਰਮ ਵਿੱਚ ਆਏ ਨੇ ਅੱਜ ਦੇ ਆ ਜੀ ਰਸ਼ੀਦ ਬਿੱਲਾ ਗੁਜਰ ਸਾਹਿਬ ਸਾਡੇ ਸੌਦੀਆਂ ਮੈਨੂੰ ਇੱਥੋਂ ਤੱਕ ਗੱਲ ਆ ਗਈ ਠੀਕ ਹੈ ਚੇਅਰਮੈਨ ਸਾਹਿਬ ਨੂੰ ਦੂਸਰਾ ਹਜ਼ਾਰ ਜੀ ਮਿਲੋ ਬਲਾਲ ਮੋਸਰ ਦੀ ਜੁੜੀ ਦੂਸਰੀ ਕੌਡੀ ਇਮਰਾਨ ਢਿੱਲੋਂ ਸਾਹਿਬ ਇੱਕ ਕੌਡੀ ਹੋ ਰਹੀ ਜੇ ਮੀਆਂ ਔਰੰਗਜ਼ੇਬ ਸਾਹਿਬ ਵੱਲੋਂ 1000 ਰੁਪਏ ਸ਼ੁਕਰੀਆ ਮਿਹਰਬਾਨੀ ਜੀ ਹਾਂਜੀ ਕਬੱਡੀ ਪਾਏਗਾ ਸ਼ਹਾਦਤ ਢਿੱਲੋਂ ਬਾਬਾ ਯਸ਼ਵ ਸਾਹਿਬ ਇੰਤਹਾਈ ਸ਼ੁਕਰੀਆ ਮਿਹਰਬਾਨੀ ਜਨਾਬ ਸਾਡੇ ਗੱਦੀ ਰਸ਼ੀਦ ਦਰਬਾਰੇ ਵਾਲੀਆ ਰੇਡਰ ਦਾ ਨਾਂ ਜਨਾਬ ਇਸ ਵੇਲੇ ਸ਼ਹਾਦਤ ਢਿੱਲੋਂ ਇਹ ਵੇ ਭਾਈ ਅਵੈਸ ਜੱਟ ਨੂੰ ਮੌਕਾ ਬੜਾ ਮਿਲਿਆ ਸੀ ਲੇਕਿਨ ਸ਼ਾਲਾ ਚੱਲੂ ਵੇਖ ਲੈ ਭਾਈ ਇਹਦੀ ਕੋਲ ਵੀ ਆਓ ਵੇਹੋ ਕੀ ਆਏ ਇੱਧਰ ਆ ਜਾ ਮੇਨਾ ਕੀ ਆ ਜਾ ਘਰ ਨਾਸਲ ਨੰਬਰਦਾਰ ਬਿਜਲੀ ਮੇਰੇ ਗਾਓ ਮੇ ਬਿਜਲੀ ਆਈ ਹੈ ਠੀਕ ਹੈ ਤੁਸੀਂ ਨੌਜਵਾਨ ਅੱਗੇ ਵੱਧ ਕੇ ਪੌਦਾ ਹੋਇਆ ਨਹੀਂ ਪੰਛੀ ਉੱਠ ਕੇ ਰਹਿਣ ਮੈਦਾਨ ਉੱਤੇ ਮਿੱਠੇ ਸੁਣ ਕੇ ਬੋਲ ਪੰਜਾਬੀਆਂ ਦੇ ਆਓ ਵੇ ਆ ਜਾ ਬਿਜਲੀ ਮੁਸਤਫਾ ਗੁਲਾਮ ਮੁਸਤਫਾ ਪਾਕਿਸਤਾਨ ਏਅਰਪੋਰਟ ਤੋਂ ਇੰਟਰਨੈਸ਼ਨਲ ਪਲੇਅਰ ਜੀ ਹਾਂਜੀ ਆ ਜਾ ਬਾਈ ਚੌਰੀ ਜਵੇਰ ਗੁਜਰ ਸਾਹਿਬ ਆ ਜੀ ਅਰਸ਼ਦ ਸਾਹਿਬ ਆ ਵੇ ਭਾਈ ਇਹਨੂੰ ਪਤਾ ਲੱਗ ਗਿਆ ਕਿ ਮਨਸ਼ੀ ਨੂੰ ਪੰਜਾਬ ਜਾ ਕੇ ਮੈਂ ਨਿਕਲਦਾ ਇਹ ਵਾਹ ਜੀ ਵਾਹ ਜੀ ਮਿਹਰਬਾਨੀ ਜਨਾਬ ਹਾਂਜੀ ਰਸ਼ੀਦ ਬਿੱਲਾ ਗੁਜਰ ਸਾਹਿਬ ਸਾਡੇ ਵੀਰ ਸਾਹਿਬਾਲ ਤੋਂ ਆਏ ਹੋਏ ਚੌਰੀ ਸ਼ਹਿਰ ਸ਼ੀਮਾ ਸਾਹਿਬ ਸ਼ੁਕਰੀਆ ਜੀ ਔਰ ਜਨਾਬ ਉਹਨਾਂ ਦੇ ਨਾਲ ਸਾਡੇ ਚੌਰੀ ਇਮਰਾਨ ਢਿੱਲੋਂ ਸਾਹਿਬ ਇਹ ਆਖਰੀ ਵਾਲਾ ਜੇ ਨਿਕਲ ਆਇਆ ਹਾਂਜੀ ਸਰ ਹਰੋੜ ਸਾਹਿਬ DSP ਪੰਜਾਬ ਇੱਧਰ ਆ ਬਈ ਸ਼ਾਹਦ 1000 ਰੁਪਈਆ ਚੌਰੀ ਇਮਰਾਨ ਢਿੱਲੋਂ ਸਾਹਿਬ ਵੱਲੋਂ ਹਾਂਜੀ ਲੈ ਬਾਈ ਫੜ ਆਪਣਾ ਫੜ 1000 ਰੁਪਈਆ ਅੱਛਾ ਜੀ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਆ ਜਾ ਬਈ ਇਹ ਫੜੋ ਜੀ ਇਹ ਫੜੋ ਸੌਰੀ ਇਮਰਾਨ ਢਿੱਲੋਂ ਸਾਹਿਬ ਵੱਲੋਂ ਮਿਹਰਬਾਨੀ ਸ਼ੁਕਰੀਆ ਜੀ ਰੇਡਰ ਸ਼ਾਹਦ